ਢਿੱਲੋਂ ਸਾਹਿਬ ਕਹਿੰਦੇ ਲੀਡਰ ਤਾਂ ਬੜਾ ਕੋਮਲ ਹੁੰਦਾ ਔਰ ਬੜਾ ਮਿੱਠਾ ਬੋਲਦਾ, ਅੱਜ ਤੁਹਾਨੂੰ ਦੇਖਿਆ ਬੜੇ ਗੁੱਸੇ ਦੇ ਵਿੱਚ, ਬੀਪੀ ਕਿਵੇਂ ਵਧਿਆ? ਨੌਜਵਾਨ ਅਕਾਲੀ ਸੀ? ਨਹੀਂ ਨਹੀਂ, ਦੇਖੋ ਉਹ ਮੈਂ ਉਹਨੂੰ ਇਹ ਜ਼ਰੂਰ ਪੁੱਛਿਆ, ਮੈਂ ਤੂੰ ਅਕਾਲੀ ਦਲ ਆ? ਜੇ ਬੰਨ ਟੁੱਟਦਾ ਏ ਤਾਂ ਜ਼ਿੰਮੇਵਾਰ ਕੌਣ ਹੈ? ਉਹ ਨੌਜਵਾਨ ਅਵੇਅਰ ਕਰ ਰਹੇ ਜੀ, ਅਸੀਂ ਜ਼ਿੰਮੇਵਾਰ ਆ, ਸਰਕਾਰ ਜ਼ਿੰਮੇਵਾਰ ਆ। ਤਰੀਕਾ ਮੇਰਾ ਵੀ ਗਲਤ ਹੋ ਸਕਦਾ ਅਤੇ ਤਰੀਕਾ ਉਹਨਾਂ ਦਾ ਵੀ ਗਲਤ ਸੀ। ਤੁਸੀਂ ਕਹਿੰਦੇ ਬਈ ਅਕਾਲੀਆਂ ਨੂੰ ਤੁਸੀਂ ਕਾਲੀਆਂ ਭੇਡਾਂ ਵਿਖੇ, ਅਕਾਲੀ ਲੋਕ ਤਾਂ ਕਹਿੰਦੇ ਜੀ ਅਕਾਲੀ ਕਾਂਗਰਸ ਹੀ ਰਲ ਕੇ ਕੰਮ ਕਰ ਰਹੇ ਨੇ, ਪਹਿਲੇ ਤਾਂ ਕੈਪਟਨ ਸਾਹਿਬ ਕਹਿੰਦੇ ਸੀ ਮੈਂ ਅੰਦਰ ਕਰਦਾਂਗਾ, ਹੁਣ ਤੱਕ ਕਹਿੰਦੇ ਅੰਦਰ ਨਹੀਂ ਹੋਏ। ਹਰ ਕੋਈ ਕਾਂਗਰਸੀ ਵਰਕਰ ਕਹਿੰਦਾ ਫੜ ਕੇ ਤੁਰਨ ਕੇ ਅੰਦਰ ਦੇਣੇ ਚਾਹੀਦੇ, ਐਂ ਚੰਗੀ ਤਰ੍ਹਾਂ ਘੜੀਸਣੇ ਵੀ ਚਾਹੀਦੇ ਨਾਲ। ਅੱਜ ਇੰਸਟੀਟਿਊਸ਼ਨ ਸੁਪਰੀਮ ਕੋਰਟ 'ਤੇ ਇਹ ਕਬਜ਼ਾ ਕਰਨ 'ਤੇ ਫਿਰਦੇ ਆ, ਇੱਕ ਤਰ੍ਹਾਂ ਤੋਂ ਆਪਣੇ ਜੱਜ ਬਣਾਉਣ ਨੂੰ ਫਿਰਦੇ, ਮੀਡੀਆ 'ਤੇ ਇਹ ਕਬਜ਼ਾ ਕਰ ਚੁੱਕੇ ਆ, ਇਨਕਮ ਟੈਕਸ, ED, ਕੀ ਏਜੰਸੀਆਂ ਨੂੰ ਇਹ ਕਾਬੂ, ਮਤਲਬ ਇੱਕ ਤਰ੍ਹਾਂ ਤੋਂ ਇੱਕ ਅਨਡਿਕਲੇਅਰਡ ਐਮਰਜੈਂਸੀ ਵਾਲਾ ਮਾਹੌਲ ਬਣ ਚੁੱਕਾ ਵਾ। ਔਰ ਅਸੀਂ ਉਸ ਤੋਂ ਵੱਡੀ ਪਾਰਟੀ ਬਣ ਚੁੱਕੀ ਹੈ ਵੀ, ਮਤਲਬ ਇਹ ਮੰਨ ਲਈਏ BJP। ਰੱਬ ਸੁੱਖ ਰੱਖੇ ਅਗਰ ਤਾਂ ਇਹ ਸਾਰਾ ਕੁਝ ਸਹੀ ਹੋ ਜਾਂਦਾ ਫਿਰ ਤਾਂ ਮੋਦੀ ਸਾਹਿਬ ਤੁਹਾਨੂੰ ਸਲਾਮ। ਅਗਰ ਤਾਂ ਕੱਲ੍ਹ ਨੂੰ ਉੱਥੇ ਸਾਰਾ ਕੁਝ ਫਿਰ ਮੋਦੀ ਸਾਹਿਬ ਤੁਹਾਡਾ ਫੈਸਲਾ ਠੀਕ, ਲੇਕਿਨ ਅਗਰ ਕੱਲ੍ਹ ਨੂੰ ਉੱਥੇ ਕੁਛ ਇਨਸਰਜੈਂਸੀ ਜਾਂ ਕੁਛ ਇਹੋ ਜਿਹੀ ਚੀਜ਼ਾਂ ਆਉਂਦੀਆਂ, ਆਪਣੇ ਇੱਥੇ ਜਦੋਂ ਭਾਵੇਂ ਸਾਡੀ ਪਾਰਟੀ ਸੀ ਲੇਕਿਨ ਉਦੋਂ ਜਦੋਂ ਹੋਇਆ ਅੱਜ ਤੱਕ 84 ਦੇ ਦਾਗ ਨਹੀਂ ਆਪਾਂ ਭੁੱਲ ਸਕਦੇ। ਤੁਸੀਂ ਕਹਿੰਦੇ ਸਰਪੰਚੀ ਲੜੋ ਪੰਚੀ ਲੜੋ, ਸਰਪੰਚੀ ਪੰਚ ਨਹੀਂ ਲੜ ਰਹੇ, ਸਰਪੰਚ ਪੰਚ ਲੜ ਰਹੇ ਆ ਆਪਸ 'ਚ। ਉਹ ਕਹਿੰਦਾ ਜੀ ਮੈਂ ਕਾਂਗਰਸੀ, ਉਹ ਕਹਿੰਦਾ ਅਕਾਲੀ, ਪਰ ਉੱਪਰੋਂ ਜਦੋਂ ਦੇਖੀ ਤਾਂ ਕੈਪਟਨ ਸਾਹਿਬ ਅਤੇ ਬਾਦਲ ਸਾਹਿਬ ਦੀਆਂ ਤਸਵੀਰਾਂ ਵਾਇਰਲ ਹੋ ਜਾਂਦੀਆਂ ਇਕੱਠੇ ਬੈਠਿਆਂ ਦੀਆਂ, ਲੋਕਾਂ ਨੇ ਥੱਲੇ ਸਿਰ ਪੜਵਾਏ ਹੋਏ ਆ ਜੀ। ਆਪਾਂ ਇਹ ਕਹਿ ਦੇਈਦਾ ਵੀ ਮੈਨੂੰ ਅਕਾਲੀ ਦਲ ਨੇ ਨੌਕਰੀ ਦੇ ਦਿੱਤੀ ਨਾ, ਉਹ ਸਰਕਾਰਾਂ ਨੇ ਨੌਕਰੀਆਂ ਦਿੱਤੀ। ਫਿਰ ਹਰ ਵੋਟਾਂ ਵੇਲੇ ਫਿਰ ਪਿਛਲੀਆਂ ਨੌਕਰੀਆਂ ਕਿਉਂ ਗਣਾਉਂਦੀਆਂ ਫਿਰ ਵੀ ਕਾਂਗਰਸ ਨੇ ਦੇ ਦਿੱਤੀਆਂ ਜੀ? ਨਹੀਂ ਤੇ ਭਾਜੀ ਗਣਾਈ ਦੀਆਂ ਉਹ ਤਾਂ ਇਹ ਤਾਂ ਅਸੀਂ ਕਹਿਣਾ ਤਾਂ ਹੈ ਨਾ। ਤੁਸੀਂ ਵੇਖੋ ਕਿਸ ਤਰੀਕੇ ਨਾਲ ਇਹ ਦੁਰਵਰਤੋਂ ਕਰਦੇ ਆ ਗੁਰਦੁਆਰਿਆਂ ਦੀ, ਇਹਨਾਂ ਨੂੰ ਤਾਂ ਹੀ ਇਹਨਾਂ ਦਾ ਇਹ ਹਾਲ ਹੋਣਾ ਔਰ ਅੱਗੇ ਇਹਨਾਂ ਦਾ ਹੋਰ ਮਾੜਾ ਹਾਲ ਹੋਣਾ ਜੋ ਇਹਨਾਂ ਨੇ ਹਾਲਾਤ ਕੀਤੇ ਨਾ ਇਹਨਾਂ ਦਾ, ਜੋ ਸਿੱਖ ਧਰਮ ਦੇ ਜਿਵੇਂ ਸੁਖਬੀਰ ਬਾਦਲ ਕੌਣ ਹੁੰਦਾ SGPC ਨੂੰ ਡਾਇਰੈਕਸ਼ਨ ਦੇਣ ਵਾਲਾ? ਸੁਖਬੀਰ ਬਾਦਲ ਕਿੱਡਾ ਸਿੱਖ ਆਪਣਾ ਵਿਦਵਾਨ ਹੈਗਾ ਵਾ, ਸੁਖਬੀਰ ਬਾਦਲ ਨੂੰ ਸਿੱਖਜ਼ਮ ਬਾਰੇ ਕੀ ਪਤਾ, ਸਿੱਖ ਹਿਸਟਰੀ ਬਾਰੇ ਕੀ ਪਤਾ, ਉਹ ਇਹਨਾਂ ਸਾਰੇ ਵਿਦਵਾਨਾਂ ਤੋਂ ਉੱਪਰ ਹੋ ਗਿਆ। ਅਕਾਲੀ ਦਲ ਪਾਰਟੀ ਮਾੜੀ ਨਹੀਂ ਹੈਗੀ ਲੇਕਿਨ ਆ ਬਾਦਲੀਏ ਮਾੜੇ। ਉਹ ਤਾਂ ਕਹਿੰਦੇ ਤੁਸੀਂ ਬੋਲੋ ਨਾ 84 ਚ ਤੁਸੀਂ ਕੀ ਕੀਤਾ, ਕਹਿੰਦੇ ਅਸੀਂ ਮਾੜਾ ਕੀਤਾ ਚੰਗਾ ਕੀਤਾ, ਇਹਦਾ ਮਤਲਬ ਤੁਸੀਂ ਵੀ ਕਰੋਗੇ? ਅਸੀਂ ਆਪਣਾ ਕਿਰਦਾਰ ਸੁਧਾਰੀਏ, ਤੁਸੀਂ ਆਪਣਾ ਕਿਰਦਾਰ ਸੁਧਾਰੋ, ਲੇਕਿਨ ਆਹ ਜਿਹੜਾ ਮੁੱਦਾ ਵਾ ਅਕਾਲੀ ਦਲ ਤੋਂ ਗੁਰਦੁਆਰਿਆਂ ਨੂੰ ਛੁਟਕਾਰਾ ਕਰਾਉਣਾ ਪੈਣਾ, ਇਹਨਾਂ ਦੇ SGPC ਨੂੰ ਚੁੰਗਲ 'ਚੋਂ ਬਾਹਰ ਕੱਢਣਾ ਪੈਣਾ। ਹੜ੍ਹ ਆਈ ਅਤੇ ਹੜ੍ਹਾਂ ਤੋਂ ਬਾਅਦ ਬੇਸ਼ੱਕ ਪਾਣੀ ਚਲਾ ਗਿਆ ਪਰ ਇਹ ਹੜ੍ਹ ਦਰਦ ਦੇ ਗਏ। ਲੋਕ ਜਿੱਥੇ ਕਈ ਲੋਕਾਂ ਦੀ ਮਦਦ ਕਰ ਰਹੇ ਨੇ ਉੱਥੇ ਹੀ ਕਈ ਅਜਿਹੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਲੜਾਈ ਝਗੜਾ ਵੀ ਵੇਖਿਆ ਜਾ ਰਿਹਾ, ਤਕਰਾਰ ਵੀ ਵੇਖੀ ਜਾ ਰਹੀ ਹੈ। ਇੱਕ ਪਾਸੇ ਤਾਂ ਕਹਿੰਦੇ ਗੋਲੀਆਂ ਵੀ ਚੱਲ ਗਈਆਂ ਸੀ, ਪਰ ਅਸੀਂ ਜ਼ਿਲ੍ਹਾ ਰੂਪਨਗਰ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਰੂਪਨਗਰ ਦੇ ਵਿੱਚ ਅੱਜ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ। ਉਹ ਵੀਡੀਓ ਵਾਇਰਲ ਹੋ ਰਹੀ ਹੈ ਜੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਢਿੱਲੋਂ ਦੀ, ਇੱਕ ਨੌਜਵਾਨ ਦੇ ਨਾਲ ਲੜੀ ਜਾ ਰਹੇ ਨੇ, ਕਹਿੰਦੇ ਤੂੰ ਅਕਾਲੀ ਹੈ, ਸੋ ਇਸੇ ਕਰਕੇ ਬਰਿੰਦਰ ਢਿੱਲੋਂ ਸਾਹਿਬ ਦੇ ਕੋਲ ਆਇਆ। ਕਹਿੰਦੇ ਲੀਡਰ ਤਾਂ ਜਦੋਂ ਬੋਲਦਾ ਹੈ ਤਾਂ ਉਹਦੇ ਮੂੰਹ 'ਚੋਂ ਫੁੱਲ ਗਿਰਦੇ ਨੇ, ਅਤੇ ਕਿਉਂਕਿ ਲੀਡਰ ਦਾ ਵਾਹ ਲੋਕਾਂ ਦੇ ਨਾਲ ਹੀ ਪੈਂਦਾ, ਵੋਟਾਂ ਨਾਲ
ਜਿਹੜਾ ਸੰਬੰਧ ਹੁੰਦਾ ਸਿੱਧਾ ਪਰ ਢਿੱਲੋਂ ਸਾਹਿਬ ਨਾਲ ਗੱਲ ਕਰਦੇ, ਢਿੱਲੋਂ ਸਾਹਿਬ ਕਹਿੰਦੇ ਲੀਡਰ ਤਾਂ ਬੜਾ ਕੋਮਲ ਹੁੰਦਾ ਔਰ ਬੜਾ ਮਿੱਠਾ ਬੋਲਦਾ, ਅੱਜ ਤੁਹਾਨੂੰ ਦੇਖਿਆ ਬੜੇ ਗੁੱਸੇ ਦੇ ਵਿੱਚ, ਬੀਪੀ ਕਿਵੇਂ ਵਧਿਆ? ਨਹੀਂ ਮੈਂ ਲੀਡਰ ਨਹੀਂ ਹੈਗਾ, ਪਹਿਲੀ ਗੱਲ ਤਾਂ ਮੈਂ ਤਾਂ ਇੱਕ ਆਪਣੇ ਆਪ ਨੂੰ ਸਧਾਰਨ ਵਰਕਰ ਹੀ ਸਮਝਦਾ। ਮਸਲਾ ਸਿਰਫ ਇੰਨਾ ਕੁ ਸੀਗਾ ਵੀ ਉੱਥੇ ਇੱਕ ਨੌਜਵਾਨ ਨੇ ਪ੍ਰਸ਼ਾਸਨ ਦੇ, ਜਦੋਂ ਪਹਿਲੋਂ ਗੱਲਬਾਤ ਪ੍ਰਸ਼ਾਸਨ ਨੇ ਕੀਤੀ, ਮੰਤਰੀ ਸਾਹਿਬ ਆਏ ਸੀ, ਸਿੱਧੂ ਸਾਹਿਬ ਦਵਾਈਆਂ ਦੇ ਕੇ ਗਏ, ਕਾਫੀ ਕੁਛ ਕਰਕੇ ਗਏ, ਫੂਲ ਪਿੰਡ ਦੀ ਗੱਲ ਆ, ਜਦੋਂ ਚਲੇ ਗਏ ਤੇ ਉਹ ਉਈ ਕਿਸੇ ਨੇ ਪ੍ਰਸ਼ਾਸਨ ਬਾਰੇ ਬੋਲਣਾ ਸ਼ੁਰੂ ਕਰ ਦਿੱਤਾ, ਸਰਕਾਰ ਬਾਰੇ ਬੋਲਣਾ ਸ਼ੁਰੂ ਕਰ ਦਿੱਤਾ। ਅਤੇ ਮੈਂ ਉਹਨੂੰ ਇਹੀ ਕਿਹਾ ਵੀ ਯਾਰ ਜਿਹੜੀ ਵੀ ਗੱਲ ਕਰਨੀ ਆਪਾਂ ਆਰਾਮ ਨਾਲ ਕਰੀਏ, ਆਪਾਂ ਬਹਿ ਕੇ ਗੱਲ ਕਰੀਏ, ਵੀ ਅਗਰ ਤਾਂ ਮੀਡੀਆ ਦੇ ਅੱਗੇ ਆਪਾਂ ਡਰਾਮਾ ਕਰਨਾ ਤਾਂ ਉਹ ਗੱਲ ਵੱਖਰੀ ਆ, ਵੀ ਠੀਕ ਆ ਫਿਰ ਆਪਾਂ ਨੂੰ ਮਕਸਦ ਉਹ ਨਹੀਂ, ਨਾਲੇ ਮਸਲ ਅਵੋਇਡੇਬਲ ਚੀਜ਼ ਸੀ, ਠੀਕ ਆ, ਮੈਨੂੰ ਵੀ ਉਸ ਤਰੀਕੇ ਨਾਲ ਰਿਐਕਟ ਸ਼ਾਇਦ ਨਾ ਕਰਦਾ, ਪਰ ਉਹ ਮੈਨੂੰ ਕਦੇ ਕਦੀ ਯਾਰ ਇਹ ਮਹਿਸੂਸ ਹੁੰਦਾ ਵੀ ਆਪਾਂ ਸਾਰੇ ਲੀਡਰਾਂ ਨੂੰ, ਸਾਰੀ ਸਰਕਾਰਾਂ ਨੂੰ ਇੱਕ ਪਾਲੇ ਵਿੱਚ ਹੀ ਤੋੜ ਦੇਈਦਾ, ਕੰਮ ਕੀਤਾ ਉਹ ਵੀ ਖੂਹ ਖਾਤੇ, ਨਹੀਂ ਕੀਤਾ ਤਾਂ ਉਹ ਤਾਂ ਵੈਸੇ ਹੀ ਖੂਹ ਖਾਤੇ। ਸੋ ਮੈਨੂੰ ਮਹਿਸੂਸ ਹੋਇਆ ਜਦੋਂ ਪ੍ਰਸ਼ਾਸਨ ਨੇ ਹਰ ਪੱਖੋਂ ਹਰ ਸਹੂਲਤ ਦੇ ਦਿੱਤੀ, ਤੁਸੀਂ ਜਾ ਕੇ ਫੂਲ ਪਿੰਡ ਦਾ ਹਾਲ ਵੇਖੋ, ਅੱਜ ਉੱਥੇ ਸਫਾਈ ਤੱਕ ਦੇ ਮਤਲਬ ਜੋ ਪੁਰਾਣੇ ਹਾਲਾਤ ਸੀ ਉਹ ਤੋਂ ਵਧੀਆ ਹਾਲਾਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਲੋਕਾਂ ਦੇ ਅਕਾਊਂਟਾਂ 'ਚ ਪੈਸਾ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਕੋਸ਼ਿਸ਼ ਕੀ ਉਹ ਤਾਂ ਭੇਜਿਆ ਗਿਆ, ਰਾਸ਼ਨ ਤੱਕ 6 ਮਹੀਨਿਆਂ ਤੱਕ ਦਾ ਰਾਸ਼ਨ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ, ਹਰ ਪੱਖੋਂ ਮਦਦ ਹੋ ਰਹੀ ਆ। ਲੇਕਿਨ ਅਗਰ ਆਪਾਂ ਫਿਰ ਵੀ ਇੱਕ ਏਜੰਡੇ ਰਾਹੀਂ ਇੱਕ ਐਕਟ ਬਸ ਇੱਕ ਡਰਾਮਾ ਕਰਨ ਰਾਹੀਂ ਵੀ ਆਪਾਂ ਇੱਕ ਬਸ ਏਜੰਡਾ ਆਇਆ ਇੱਕ ਪ੍ਰੋਪੋਗੈਂਡਾ ਵੀ ਆਪਾਂ ਇਹਦਾ ਮਾੜਾ ਹੀ ਕਹਿਣਾ। ਸੋ ਮੈਨੂੰ ਕਿਤੇ ਨਾ ਕਿਤੇ ਮਹਿਸੂਸ ਹੋਇਆ ਯਾਰ ਇੰਨੀ ਮਿਹਨਤ ਤੋਂ ਬਾਵਜੂਦ ਵੀ, ਅਗਰ ਮੇਰੀ, ਮੈਂ ਆਪਣੀ ਗੱਲ ਨਹੀਂ ਕਰਦਾ ਲੇਕਿਨ ਸਰਕਾਰ ਦੀ ਜ਼ਰੂਰ ਗੱਲ ਕਰਦਾ, ਕੈਪਟਨ ਸਾਹਿਬ ਨੇ ਬਹੁਤ ਮਿਹਨਤ ਕੀਤੀ, ਕੈਪਟਨ ਸਾਹਿਬ ਨੇ ਆਪਣਾ ਕਹਿੰਦੇ ਇਸ ਪੱਖੋਂ ਹਰ ਕੋਸ਼ਿਸ਼ ਕੀਤੀ, ਉਹਦੇ ਬਾਵਜੂਦ ਅਗਰ ਆਪਾਂ ਐਂ ਕਰੀਏ ਤਾਂ ਫਿਰ ਉਹ ਮਾੜੀ ਗੱਲ ਆ ਲੋਕਾਂ ਵਾਸਤੇ ਵੀ, ਹਰ ਵਾਰ ਆਪਾਂ ਲੀਡਰਾਂ ਨੂੰ ਕਟਘਰੇ 'ਚ ਨਾ ਖੜਾ ਕਰਿਆ ਕਰੀਏ। ਪਰ ਉਹ ਲੀਡਰਾਂ ਨੂੰ ਨਹੀਂ ਭੰਡ ਰਹੇ ਸੀ, ਉਹ ਇਹ ਕਹਿ ਰਹੇ ਸੀ ਵੀ ਜਿਹੜਾ ਬੰਨ ਸਾਡਾ ਕੱਚਾ ਹੈ ਬੰਨ ਨੂੰ ਪੱਕਾ ਕਰ ਦਿਓ, ਵੀ ਜਿਹੜਾ ਲੋਕਾਂ ਨੇ ਰਾਸ਼ਨ ਦਿੱਤਾ ਮਦਦ ਕੀਤੀ ਉਹਦਾ ਫਾਇਦਾ ਨਹੀਂ ਹੋਣਾ, ਵੀ ਜੇ ਇੱਕ ਵਾਰ ਬੰਨ ਟੁੱਟ ਗਿਆ ਹੜ੍ਹ ਫੇਰ ਆ ਜਾਣੇ। ਦੇਖੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਮੈਂ ਉਹਨਾਂ ਦੀ ਗੱਲ ਨਾਲ ਵੀ ਸਹਿਮਤ ਹਾਂ, ਲੇਕਿਨ ਉਹਦੇ ਵਿੱਚ ਉਹ ਐਵੇਂ ਆਪਾਂ ਤੁਸੀਂ ਅਗਰ ਉਹ ਵੀਡੀਓ ਵੇਖੋਗੇ ਗੱਲ, ਉਹ ਨੌਜਵਾਨ ਨਾਲ ਵੀ ਮੇਰੀ ਬਾਅਦ 'ਚ ਗੱਲ ਵੀ ਹੋਈ, ਮੈਂ ਮਿਲਿਆ ਵੀ, ਵਧੀਆ ਨੌਜਵਾਨ ਆ, ਕੋਈ ਮਾੜੀ ਗੱਲ ਨਹੀਂ ਆ। ਲੇਕਿਨ ਮਸਲਾ ਸਿਰਫ ਇੰਨਾ ਵਾ ਵੀ ਆਪਾਂ ਇੱਕ ਉਵੇਂ ਇੱਕ ਸੰਸੇਸ਼ਨਲਾਈਜ਼ ਕਰਨਾ ਚੀਜ਼ ਨੂੰ, ਮਾਹੌਲ ਬਣਾ ਦੇਣਾ। ਕੱਲ੍ਹ ਤਿਵਾੜੀ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਆ, ਮੈਂ ਅਤੇ ਉਹ ਪਰਸੋਂ ਅਸੀਂ ਬੰਨ 'ਤੇ ਜਾ ਕੇ ਆਏ ਹਾਂ, ਐਕਸੀਅਨ ਡਰੇਨੇਜ ਨੂੰ ਬੁਲਾਇਆ, ਉੱਥੇ ਉਹਦੇ ਨਾਲ ਗੱਲ ਕੀਤੀ, ਇੱਥੇ ਸੈਂਡ ਬੈਗਸ ਲਾ, ਤੁਸੀਂ ਜਾ ਕੇ ਅੱਜ ਵੇਖੋ ਬੰਨ ਪੱਕਾ ਹੋ ਰਿਹਾ, ਸਾਰਾ ਕੁਛ ਹੋ ਰਿਹਾ। ਜਦੋਂ ਚੀਜ਼ ਹੋ ਰਹੀ ਹੋਵੇ ਫਿਰ ਵੀ ਆਪਾਂ ਇਹ ਗੱਲ ਨੂੰ ਕਰੀਏ, ਅਤੇ ਕਈ ਵਾਰ ਯਾਰ ਇੱਕ ਹੱਦ ਤੱਕ ਹੀ ਆਪਾਂ ਹਰ ਵਾਰ ਆਪਾਂ ਇੱਕ ਹੀ ਮਸਲੇ ਨੂੰ, ਇੱਕ ਹੀ ਚੀਜ਼ ਨੂੰ ਐਵੇਂ ਬਸ ਮੀਡੀਆ ਕਰਕੇ ਆਪਾਂ, ਅੱਜ ਕੱਲ੍ਹ ਕਿਉਂਕਿ ਵਾਇਰਲ ਹੋਣ ਦਾ ਬੜਾ ਜ਼ਮਾਨਾ, ਹੁਣ ਇਹ ਵੀਡੀਓ ਕੋਈ ਐਡੀ ਵੀਡੀਓ ਤਾਂ ਹੈ ਨਹੀਂ ਵੀ ਕੋਈ ਮੈਨੂੰ ਕੋਈ ਪਰਮਵੀਰ ਚੱਕਰ ਮਿਲ ਰਿਹਾ ਜਾਂ ਉਹਨੂੰ ਕੋਈ ਮਿਲ ਰਿਹਾ ਜਾਂ ਕੋਈ ਇਹੋ ਜਿਹੀ ਗੱਲ, ਐਵੇਂ ਇੱਕ ਬਸ ਮਤਲਬ ਵੀ ਕੋਈ ਦੋ ਜਣਿਆਂ 'ਚ ਇੱਕ ਟਕਰਾਵ ਹੋ ਗਿਆ, ਵੀਡੀਓ ਵਾਇਰਲ ਹੋ ਗਈ ਜੀ, ਉਹਦੇ ਵਿੱਚ ਠੀਕ ਆ ਮੈਂ ਮੰਨਦਾ ਵੀ ਸਾਨੂੰ ਵੀ ਉਹ ਚੀਜ਼ ਨਹੀਂ ਕਰਨੀ ਚਾਹੀਦੀ, ਲੇਕਿਨ ਹਰ ਚੀਜ਼ ਨੂੰ ਆਪਾਂ ਇੱਕ ਹੀ ਤਰਾਜੂ 'ਚ ਨਾ ਤੋਲਿਆ ਕਰੀਏ। ਇਸ ਮਾਹੌਲ ਰਾਜਨੀਤੀ ਕਰਨ ਦਾ ਨਹੀਂ ਆ, ਇਹ ਮਾਹੌਲ ਲੋਕਾਂ ਤੱਕ ਸਹੂਲਤ ਪਹੁੰਚਾਉਣ ਦਾ, ਔਰ ਉਹਦੇ ਵਿੱਚ ਜਦੋਂ ਸਾਰਾ ਦਿਨ ਖੱਪ ਰਹੀ ਹੋਈਏ ਐਂ ਕਰ ਰਹੀ ਹੋਈਏ ਤਾਂ ਕਈ ਵਾਰ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕੁਛ ਗੱਲਾਂ ਕਹੀਆਂ ਵੀ ਜਾਂਦੀਆਂ, ਸੋ ਇੱਕ ਪਾਰਟ ਆਫ ਜ਼ਿੰਦਗੀ ਆ। ਲੇਕਿਨ ਮੈਂ ਉਸ ਚੀਜ਼ ਵਾਸਤੇ ਆਪ ਵੀ ਮਹਿਸੂਸ ਕਰਦਾ ਵੀ ਅਵੋਇਡੇਬਲ ਚੀਜ਼ ਸੀ। ਨੌਜਵਾਨ ਅਕਾਲੀਓ ਸੀ? ਨਹੀਂ ਦੇਖੋ ਉਹ ਮੈਂ ਉਹਨੂੰ ਇਹ ਜ਼ਰੂਰ ਪੁੱਛਿਆ, ਮੈਂ ਤੂੰ ਅਕਾਲੀ ਦਲ ਤਾਂ ਕੰਮ ਕਰੇ ਪ੍ਰੋਪੋਗੈਂਡਾ ਕਰੇ, ਉਹਨਾਂ ਦਾ ਤਾਂ ਕੰਮ ਆ, ਲੋਕਾਂ ਨੂੰ ਪਤਾ ਵੀ ਇਹਨਾਂ ਨੇ ਤਾਂ ਐਂ ਬਿਨਾਂ ਕਿਸੇ ਗੱਲ ਤੋਂ ਬੋਲਣਾ ਹੀ ਬੋਲਣਾ, ਕਰਨਾ ਕੱਖ ਨਹੀਂ, ਦੇਣਾ ਕੱਖ ਨਹੀਂ। ਉਹ ਬੈਠੀ ਬੀਬੀ ਹਰਸਿਮਰਤ ਕੌਰ ਬਾਦਲ 20 ਰੁਪਈਆ ਲੈ ਕੇ ਆਈ, ਇਹਨਾਂ ਕੋਲ ਕਰੋੜਾਂ ਰੁਪਈਏ ਆ, ਇਹਨਾਂ ਦੇ ਕੋਲ ਦਵਾਏ ਹੀ ਅਸੀਂ ਮੋਦੀ ਆ, ਦਵਾਇਆ ਉਦਣ ਕਵੇ ਤੇਰੇ ਕੋਲ ਆਪਦੇ ਕੋਲ ਸੁਖਬੀਰ ਬਾਦਲ ਦੀਆਂ ਬੱਸਾਂ, ਸੁਖਬੀਰ ਬਾਦਲ ਦੇ ਕੇਬਲ, ਸੁਖਬੀਰ ਬਾਦਲ ਦੇ ਹੋਟਲ, 1000 ਕਰੋੜਾਂ ਦੀ ਇਹਦੀ ਇਨਕਮ, ਉਹਦੇ ਵਿੱਚੋਂ ਦੇਵੇ 5 ਕਰੋੜ ਰੁਪਇਆ ਰਿਲੀਫ ਫੰਡ 'ਚ, 10 ਕਰੋੜ ਦੇਵੇ, 50, ਇਹਦੇ ਵੱਧ ਤਾਂ 50 ਕਰੋੜ ਦੇਣਾ ਵੀ ਕੋਈ ਔਖੀ ਗੱਲ ਨਹੀਂ ਆ, ਕਿਉਂਕਿ ਇਹਦੇ ਕੋਲ ਤਾਂ ਲੱਖਾਂ ਪਤਾ ਨਹੀਂ ਕਿੰਨੀ ਕੁ ਜਾਇਦਾਦ ਹੈਗੀ ਆ, ਲੁੱਟ ਕੇ ਪੰਜਾਬ ਨੂੰ ਖਾ ਗਏ, ਅਤੇ ਅੱਜ ਇਹਨਾਂ ਨੂੰ ਅੱਜ ਡਰਾਮਾ ਕਰਨ ਨੂੰ ਆ ਜਾਂਦੇ ਆ, ਇੱਕ 2-4 ਟਰਾਲੀਆਂ ਲੈ ਕੇ। ਸੋ ਇਹੋ ਜਿਹਾ ਡਰਾਮਾ, ਇਹ ਡਰਾਮੇਬਾਜ਼ੀ, ਇਹ ਮੈਂ ਤਾਂ ਉਹਨੂੰ ਕਿਹਾ ਸੀ ਵੀ ਤੂੰ ਅਕਾਲੀ ਦਲ ਵਾਲਾ,
ਵੀ ਅਗਰ ਤੁਹਾਨੂੰ ਵਾਕਈ ਦੁੱਖ ਦਰਦ ਆ। ਅੱਛਾ ਤੁਸੀਂ ਉਹਦੀ ਨੌਜਵਾਨ ਦੀ ਵੀਡੀਓ ਵੇਖੋ, ਇਹ ਕਹਿ ਵੀ ਰਿਹਾ ਵੀ ਇੱਕ ਵਾਰ ਸਾਡੇ ਪਿੰਡ ਵਾਲੇ ਡਿਜ਼ਰਵ ਨਹੀਂ ਕਰਦੇ, ਇਹ ਵੀ ਕਿਹਾ ਉਹਨੇ। ਸੋ ਮੈਨੂੰ ਕਿਤੇ ਲੱਗਾ ਭਾਵਕ ਉਹ ਵੀ ਹੋ ਗਿਆ, ਅਤੇ ਚਲੋ ਆਪਣੀ ਭਾਵਨਾਵਾਂ ਨੂੰ ਸਾਰਿਆਂ ਨੂੰ ਕੰਟਰੋਲ 'ਚ ਰੱਖਣਾ ਚਾਹੀਦਾ। ਜੇ ਬੰਨ ਟੁੱਟਦਾ ਏ ਤਾਂ ਜ਼ਿੰਮੇਵਾਰ ਕੌਣ ਹੈ? ਉਹ ਨੌਜਵਾਨ ਅਵੇਅਰ ਕਰ ਰਹੇ ਜੀ। ਅਸੀਂ ਜ਼ਿੰਮੇਵਾਰ ਹਾਂ, ਸਰਕਾਰ ਜ਼ਿੰਮੇਵਾਰ ਆ, ਬਿਲਕੁਲ ਹਰ ਉਹ ਬੰਦਾ ਜ਼ਿੰਮੇਵਾਰ ਆ। ਔਰ ਅਗਰ ਉਹ ਅਵੇਅਰ ਕਰ ਰਿਹਾ, ਮੈਂ ਸਿਰਫ ਤਰੀਕਾ ਦੱਸੋ ਭਾਅ ਜੀ, ਮੈਂ ਵੀ ਕਿਸੇ ਮਾਂ ਦਾ ਪੋਤਾ, ਮੇਰੀ ਵੀ ਮਾੜੀ ਮੋਟੀ ਜ਼ਮੀਰ ਆ। ਠੀਕ ਆ, ਤੁਸੀਂ ਕਹਿੰਦੇ ਲੀਡਰਾਂ ਦਾ ਕੰਮ ਆ ਵੀ ਮਤਲਬ ਜੁੱਤੀਆਂ ਹੀ ਖਾਣਾ ਕੰਮ ਰਹਿ ਗਿਆ ਬਸ, ਮਤਲਬ ਵੀ ਬਿਨਾਂ ਕਿਸੇ ਗੱਲੋਂ, ਜੇ ਜਦੋਂ ਤਾਂ ਗਲਤੀਆਂ ਹੋਣ ਉਦੋਂ ਤਾਂ ਪਹਿਣ ਤਾਂ ਪਹਿਣ, ਜਦੋਂ ਗਲਤੀ ਵੀ ਨਹੀਂ ਚਲੋ ਮੈਂ ਮੰਨਦਾ ਉਹਨਾਂ ਦੀ, ਮੈਂ ਉਹਦੀ ਭਾਵਨਾਵਾਂ ਸਮਝਦਾ, ਮੈਂ ਕਦਰ ਵੀ ਕਰਦਾ, ਲੇਕਿਨ ਆਪਣਾ ਕੀ ਕਹਿੰਦੇ ਕਿਸੇ ਗੱਲ 'ਤੇ ਤਾਂ ਕਵੇ, ਅਸੀਂ ਜਾਂ ਤਾਂ ਉਸ ਚੀਜ਼ ਨੂੰ ਨਾ ਕਰ ਰਹੇ ਹੋਈਏ। ਕਹਿੰਦੇ ਮੈਂ ਅੱਜ ਚਾਰ, ਅਸੀਂ ਪਰਸੋਂ ਦੀ, ਮੈਂ ਇੱਕ ਦਿਨ ਆਪ ਵੀਡੀਓ ਜਾ ਕੇ ਉੱਥੇ ਜਿਹੜੇ ਐਕਸੀਡੈਂਟ ਰਹੇ ਨੇ ਜਾਂ ਮੈਂ ਉਹਦੀ ਜ਼ਿੰਮੇਵਾਰੀ ਫਿਕਸ ਕਰਨ ਦੀ ਗੱਲ ਕੀਤੀ, ਕਾਲੀਆਂ ਭੇਡਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਨ ਦੀ ਗੱਲ ਕੀਤੀ, ਇਹ ਤੋਂ ਪਹਿਲਾਂ 10 ਦਿਨ ਤੋਂ ਅਖਬਾਰਾਂ 'ਚ ਉਹੀ ਗੱਲ ਆ ਰਹੀ ਆ। ਅੱਜ ਆਪਾਂ ਵੀ ਉਸ ਗੱਲ ਨੂੰ, ਇੱਕ ਗੱਲ ਨੂੰ ਤੁਸੀਂ ਹਾਈਲਾਈਟ ਕਰਤਾ, ਮੈਂ ਕਰਤਾ, ਸਾਰਿਆਂ ਨੇ ਕਰਤਾ, ਆਪਾਂ ਫਿਰ ਜਦੋਂ ਮੀਡੀਆ ਆਵੇ ਮੈਂ ਫਿਰ ਉਹਦੇ ਬਾਰੇ ਰੌਲਾ ਪਾਉਣ ਲੱਪਾਂ। ਔਰ ਉਹ ਵੀ ਉਦੋਂ ਜਦੋਂ ਮੰਤਰੀ ਆਇਆ, ਮੰਤਰੀ ਉੱਥੇ ਦਵਾਈ ਦੀ, ਤੁਸੀਂ ਇਹ ਤਾਂ ਉਹ ਕਹਿੰਦੇ ਵੀ ਇਹ ਸਾਰਾ ਕੁਛ ਤਾਂ ਐਵੇਂ ਬੇਕਾਰ ਆ, ਜਾ ਕੇ ਬੰਨ ਠੀਕ ਕਰਾਓ। ਬੰਨ ਜਿਹਨੇ ਠੀਕ ਕਰਾਉਣਾ ਉਹ ਐਕਸੀਡੈਂਟ ਡਰੇਨੇਜ ਦਾ ਕੰਮ ਆ, ਉਹ ਕਰਾਊਗਾ। ਹੈਲਥ ਮਿਨਿਸਟਰ ਆਇਆ, ਹੈਲਥ ਮਿਨਿਸਟਰ ਦਾ ਦਵਾਈਆਂ ਦੇਣਾ ਕੰਮ ਆ, ਉਹ ਦਵਾਈਆਂ ਦੇ ਰਿਹਾ। ਔਰ ਅਗਰ ਅਸੀਂ ਆਪਣਾ ਕੰਮ ਨਹੀਂ ਕਰ ਰਹੇ, ਹੁਣ ਉਹਦੀ ਗੱਲ ਤਾਂ ਗੱਲ ਆ, ਉਹਨੇ ਇੱਕ ਮਿੰਟ 'ਚ ਕਹਿ ਦਿਓ, ਨਾਲੇ ਆਪਣਾ ਭਰਾ ਹੀ ਆ ਉਹ, ਕਿਹੜਾ ਸਾਡੇ ਤੋਂ ਬਾਹਰ ਆ ਕੋਈ, ਉਹ ਕਿਹੜਾ ਸਾਡੇ ਤੋਂ ਅਸੀਂ ਕਹੀਏ ਵੀ ਉਹਨੂੰ ਵੀ ਉਹ ਸਾਡੇ ਤੋਂ ਵੀ ਸਾਡੇ ਹੀ ਹਲਕੇ ਦਾ, ਮੇਰੇ ਆਪ ਦੇ ਹਲਕੇ ਦਾ ਪਿੰਡ ਦਾ ਇੱਕ ਨਿਵਾਸੀ ਆ। ਸੋ ਉਹਦੀ ਇੱਕ ਗੱਲ ਜਾਇਜ਼ ਸੀ, ਲੇਕਿਨ ਤਰੀਕਾ ਮੇਰਾ ਵੀ ਗਲਤ ਹੋ ਸਕਦਾ ਅਤੇ ਤਰੀਕਾ ਉਹਨਾਂ ਦਾ ਵੀ ਗਲਤ ਸੀ। ਮੀਡੀਆ ਨੂੰ ਵੇਖ ਕੇ ਨਹੀਂ ਐਵੇਂ ਆਪਾਂ ਇੱਕਦਮ ਵੀ ਹੀਰੋ ਬਣਨ ਦੀ ਕੋਸ਼ਿਸ਼ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ, ਭਾਵੇਂ ਪੋਲੀਟੀਸ਼ੀਅਨ ਆ ਅਤੇ ਭਾਵੇਂ ਲੋਕ ਆ, ਮਤਲਬ ਕਿਸੇ ਨੂੰ ਭਾਵੇਂ ਪ੍ਰਸ਼ਾਸਨ ਆ, ਮੀਡੀਆ ਦਾ ਕੰਮ ਆ ਲੋਕਾਂ ਦੀ ਗੱਲ ਆਪਸ 'ਚ ਇੱਕ ਕਨੈਕਟਿਵਿਟੀ ਬਣਾਉਣਾ, ਨਾ ਕਿ ਉਸ ਚੀਜ਼ ਨੂੰ ਸੈਂਸੇਸ਼ਨਲਾਈਜ਼ ਕਰਨਾ। ਸੋ ਮੇਰੀ ਇਹ ਮੇਰੀ ਇੰਨੀ ਕੁ ਬੇਨਤੀ ਸੀ ਵੀ ਇਹ ਮਸਲਾ ਜਿਹੜਾ ਸੀ ਇਹ ਇੱਕ ਵਾਕਈ ਲੋਕ ਅਵੇਅਰਨੈਸ ਵਾਲਾ, ਲੇਕਿਨ ਉਹਦਾ ਤਰੀਕਾ ਹੁਣ ਆਪਾਂ ਕਹੀਏ ਵੀ ਆਪਾਂ ਪ੍ਰਸ਼ਾਸਨ ਨੂੰ ਬੈਡ ਲਾਈਟ 'ਚ ਵਿਖਾ ਕੇ ਕੋਈ ਫਰਕ ਨਹੀਂ ਮਿਲਦਾ। ਅੱਜ ਕੰਮ ਆ ਪ੍ਰਸ਼ਾਸਨ ਤੋਂ ਕੰਮ ਲੈਣ ਦਾ, ਅੱਜ ਸਰਕਾਰ ਤੋਂ ਕੰਮ ਲੈਣ ਦਾ। ਹਾਂ, ਜਿੱਧਰ ਗਲਤੀਆਂ ਕਮੀਆਂ ਪੇਸ਼ੀਆਂ ਰਹਿ ਜਾਣਗੀਆਂ ਉਦੋਂ ਸਮਾਂ ਆਊਗਾ, ਉਦੋਂ ਉਹਨਾਂ ਨੂੰ ਵੀ ਕਟਘਰੇ 'ਚ ਖੜਾ ਕਰਾਂਗੇ। ਤੁਸੀਂ ਕਹਿੰਦੇ ਹੋ ਬਈ ਅਕਾਲੀਆਂ ਨੂੰ ਤੁਸੀਂ ਕਾਲੀਆਂ ਭੇਡਾਂ ਵਿਖੇ, ਅਕਾਲੀ ਲੋਕ ਤਾਂ ਕਹਿੰਦੇ ਜੀ ਅਕਾਲੀ ਕਾਂਗਰਸ ਹੀ ਰਲ ਕੇ ਕੰਮ ਕਰ ਰਹੇ ਨੇ, ਪਹਿਲੇ ਤਾਂ ਕੈਪਟਨ ਸਾਹਿਬ ਕਹਿੰਦੇ ਸੀ ਮੈਂ ਅੰਦਰ ਕਰਦਾਗਾ, ਹੁਣ ਤੱਕ ਕਹਿੰਦੇ ਅੰਦਰ ਨਹੀਂ ਹੋਏ, ਕਾਂਗਰਸ ਵੀ ਬੜੇ ਕਹਿੰਦੇ ਸੀ ਵਿਧਾਨ ਸਭਾ ਦੇ ਵਿੱਚ। ਮੈਂ ਵੀ ਕਹਿੰਦਾ ਹਰ ਕੋਈ ਕਾਂਗਰਸੀ ਵਰਕਰ ਕਹਿੰਦਾ ਫੜ ਕੇ ਤੁੰਨ ਕੇ ਅੰਦਰ ਦੇਣੇ ਚਾਹੀਦੇ, ਐਂ ਚੰਗੀ ਤਰ੍ਹਾਂ ਘੜੀਸਣੇ ਵੀ ਚਾਹੀਦੇ ਨਾਲ, ਲੇਕਿਨ ਗੱਲ ਇਹ ਆ ਤੁਹਾਡੇ ਕਹਿਣ ਨਾਲ ਕੀ ਗੱਲ ਇਹੀ ਆ, ਮੇਰੇ ਕਹਿਣ ਨਾਲ ਵੀ ਕੁਛ ਨਹੀਂ ਹੁੰਦਾ ਅਤੇ ਸੀਐਮ ਵੀ ਕਹਿ ਦੇ ਤਾਂ ਵੀ ਇਹ ਗੱਲ ਹੋਣੀ ਆ ਲਾਅ ਦੇ ਹਿਸਾਬ ਨਾਲ, ਕੰਸਟੀਟਿਊਸ਼ਨ ਦੇ ਹਿਸਾਬ ਨਾਲ। ਸੀਐਮ ਸਾਹਿਬ ਲੋਕਾਂ ਨੂੰ ਆਂਸਰੇਬਲ ਆ, ਸੀਐਮ ਸਾਹਿਬ ਉਸ ਕੰਸਟੀਟਿਊਸ਼ਨ ਉਸ ਸੰਵਿਧਾਨ ਨੂੰ ਵੀ ਆਂਸਰੇਬਲ ਆ। ਸਾਰਿਆਂ ਦੀ ਸਾਡੀ ਭਾਵਨਾ ਇਹਨਾਂ ਨੂੰ ਅੰਦਰ ਦੇਣਾ ਚਾਹੀਦਾ, ਇਹਨਾਂ ਨੂੰ ਲੁੱਟਿਆ, ਇਹਨਾਂ ਨੇ ਕੁੱਟਿਆ, ਇਹਨਾਂ ਨੇ ਘਸੁੱਟਿਆ, ਫੜ ਕੇ ਚੰਗੀ ਤਰ੍ਹਾਂ ਇਹਨਾਂ ਦੀ ਤਸੱਲੀ ਕਰਾਉਣੀ ਚਾਹੀਦੀ, ਲੇਕਿਨ ਕਿਸੇ ਕਾਨੂੰਨ ਰਾਹੀਂ ਹੋਊਗਾ ਨਾ, ਤੁਹਾਡੀ ਭਾਵਨਾ ਮੇਰੀ ਭਾਵਨਾ, ਆਪ ਇੱਕ ਜੰਗਲ ਰਾਜ ਤਾਂ ਹੈ ਨਹੀਂ, ਲਾਅ ਆਫ ਜੰਗਲ ਨਹੀਂ ਆ, ਰੂਲ ਆਫ ਲਾਅ ਆ, ਉਹਦੇ ਵਿੱਚ ਕਾਨੂੰਨ ਦੇ ਆਪਣਾ ਕੰਮ ਕਰ ਰਿਹਾ। ਬਰਗਾੜੀ ਦੀ ਇੱਕ ਪਾਸੇ ਤਾਂ CBI ਤੋਂ ਕਲੋਜ਼ਰ ਰਿਪੋਰਟਾਂ ਆ ਗਈਆਂ ਇਹਨਾਂ ਦੀਆਂ, ਇਹਨਾਂ ਦੀ ਉੱਥੇ ਸੈਂਟਰ 'ਚ ਆ, ਉਦੋਂ ਤਾਂ ਇਹਨਾਂ ਨੇ, ਅੱਜ ਤੱਕ ਅਕਾਲੀ ਦਲ ਨੇ ਬੋਲਿਆ ਨਹੀਂ, ਅੱਜ ਅਸੀਂ ਇਕੱਲਾ ਕੈਪਟਨ ਅਮਰਿੰਦਰ ਸਿੰਘ ਹੀ ਸੀਗਾ ਜਿਹਨੇ 2002 ਤੋਂ ਪਹਿਲਾਂ ਵੀ ਇਹਨਾਂ ਨੂੰ ਅੰਦਰ ਦਿੱਤਾ ਸੀ। ਉਦੋਂ ਹੋਇਆ ਕਿ 2-4 ਦਿਨਾਂ 'ਚ ਬਾਹਰ ਆ ਗਏ, ਐਤਕੀ ਜਿੱਦਣ ਅੰਦਰ ਦੇਣਗੇ ਉਦੋਂ ਚੰਗੀ ਤਰ੍ਹਾਂ ਤੁੰਨ ਕੇ ਅੰਦਰ ਦੇਣਗੇ, ਤਾਂ ਕਿ ਇਹ ਜਿਹੜਾ ਡਰਾਮਾ ਕਰਦੇ ਨਾ ਬਾਅਦ 'ਚ ਉਦੋਂ ਫਿਰ ਉਹਦੀ ਪੋਲੀਟੀਕਲ ਸਿੰਪਥੀ ਲੈਂਦੇ ਆ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਮੇਰੀ ਸਿਰਫ ਇੰਨੀ ਕੁ ਬੇਨਤੀ ਆ ਲੋਕਾਂ ਨੂੰ ਵਿਸ਼ਵਾਸ ਰੱਖਣ, ਕੈਪਟਨ ਸਾਹਿਬ ਨੂੰ ਕੋਈ ਕਹਿੰਦਾ ਰਲਿਆ, ਕੋਈ ਐਂ ਕਰ ਦਿੰਦਾ ਡਰਾਮਾ, ਕੈਪਟਨ ਸਾਹਿਬ ਜੇ ਆਪਣਾ ਕੀ ਕਹਿੰਦੇ ਉਹਨਾਂ ਨਾਲ, ਕੈਪਟਨ ਸਾਹਿਬ ਨੇ ਅਗਲੀ ਇਲੈਕਸ਼ਨ ਕਾਂਗਰਸ ਪਾਰਟੀ ਤੋਂ ਹੀ ਲੜਨੀ, ਕੈਪਟਨ ਸਾਹਿਬ ਨੇ ਮੁੱਖ ਮੰਤਰੀ ਇਸ ਪਾਰਟੀ ਦਾ ਬਣਨਾ ਔਰ ਅਗਲੀ ਵਾਰ ਵੀ ਉਹਨਾਂ ਨੇ ਲੜਨਾ। ਸੋ ਉਹ ਕਿਉਂ ਨਹੀਂ ਚਾਹਣਗੇ ਵੀ ਅਗਰ ਤਾਂ ਉਹਨਾਂ ਨੂੰ ਅਗਰ ਪੋਲੀਟੀਕਲ ਗੇਨਸ ਵਾਸਤੇ ਨਹੀਂ ਉਹਨਾਂ ਨੇ ਕੁਛ ਕਰਨਾ, ਇੱਕ ਇੱਕ ਸਟੇਟਸਮੈਨ ਆ, ਇੱਕ ਲੀਡਰ ਆ,
ਜੋ ਫੈਸਲਾ ਲੈਣਗੇ ਸਾਰੀ ਪਾਰਟੀ ਉਹਨਾਂ ਦੇ ਪਿੱਛੇ ਖੜ੍ਹੀ ਆ ਔਰ ਅੱਗੇ ਵੀ ਖੜ੍ਹੀ ਰਹੂਗੀ। ਐਵੇਂ ਇਹ ਗੱਲਾਂ ਹਾਈਪਰਗੈਂਡਾ ਇੱਕ ਆਮ ਆਦਮੀ ਦਾ ਏਜੰਡਾ ਵਾ, ਪ੍ਰੋਪੋਗੈਂਡਾ ਵਾ ਜਿਹੜਾ ਡਰਾਮਾ ਕਰਦੀ ਆ, ਕਿਉਂਕਿ ਆਪ ਤਾਂ ਕੱਖ ਕਰ ਨਹੀਂ ਸਕਦੇ। ਸੋ ਇਸ ਕਰਕੇ ਐਵੇਂ ਗੱਲਾਂ ਦੇ ਵਿੱਚ ਕੁਛ ਨਹੀਂ ਪਿਆ, ਜਿੱਦਣ ਮੌਕਾ ਆਊਗਾ ਉੱਦਣ ਫੜ ਕੇ ਅੰਦਰ ਵੀ ਦਿੱਤੇ ਜਾਣਗੇ ਔਰ ਸਮੇਂ ਸਿਰ ਉਹਨਾਂ ਦੇ ਨਾਲ ਉਹਨਾਂ ਦਾ ਸਲੂਕ ਵੀ ਹੋਊਗਾ। ਕਾਨੂੰਨ ਸਾਰਿਆਂ ਲਈ ਇੱਕ ਕਿਉਂ ਨਹੀਂ ਆ? ਮਹਾਰਾਣੀ ਪ੍ਰਨੀਤ ਕੌਰ ਦੇ 23 ਲੱਖ ਨਾਲ 23 ਲੱਖ ਦੀ ਠੱਗੀ ਵੱਜੇ ਦੀ ਦੂਏ ਦਿਨ ਅੰਦਰ ਹੋ ਜਾਂਦੇ ਆ ਜੀ। ਕਈ ਲੋਕਾਂ ਨਾਲ, ਆਮ ਲੋਕਾਂ ਨਾਲ ਵੀ ਬਹੁਤ ਵੱਜੀ ਹੋਈ ਹੈ, ਸਾਲ ਸਾਲ ਹੋ ਗਿਆ, ਕੇਸ ਪਤਾ ਹੀ ਨਹੀਂ ਕਹਿੰਦੀ ਲੱਗ ਰਿਹਾ ਜੀ। ਸਿਸਟਮ ਦੇ ਵਿੱਚ ਭਾਅ ਜੀ ਬਹੁਤ ਫਲੋਜ਼ ਹੈਗੇ, ਇਹ ਇਕੱਲਾ ਸਿਸਟਮ ਆਪਾਂ ਪਰਫੈਕਟ ਨਹੀਂ ਕਹਿ ਸਕਦੇ, ਉਹਦੇ ਵਿੱਚ ਅਸੀਂ ਵੀ ਆ ਜਾਂਦੇ ਸਿਸਟਮ ਦਾ ਹਿੱਸਾ, ਤੁਸੀਂ ਵੀ ਸਿਸਟਮ ਦਾ ਹਿੱਸਾ, ਸਮਾਜ ਵੀ ਸਿਸਟਮ ਦਾ ਹਿੱਸਾ, ਇਹ ਸਾਰੇ ਢਾਂਚੇ ਨੂੰ ਹੌਲੀ ਹੌਲੀ ਉਹ ਠੀਕ ਹੁੰਦਾ ਹੁੰਦਾ। ਸਾਡੀ ਵੀ ਇੱਕ ਕੋਸ਼ਿਸ਼ ਆ, ਮੈਂ ਨਹੀਂ ਕਹਿੰਦਾ ਸਾਡੀ ਪਾਰਟੀ ਦੇ ਵਿੱਚ ਸਭ ਕੁਛ ਠੀਕ ਹੋ ਸਕਦਾ, ਕਮੀਆਂ ਇਹ ਤਾਂ ਨਹੀਂ, ਸੌ ਕਰਨ ਸੰਪੂਰਨ ਤਾਂ ਕੋਈ ਵੀ ਨਹੀਂ ਹੁੰਦਾ। ਸੋ ਕਮੀਆਂ ਪੇਸ਼ੀਆਂ ਜਿੱਥੇ ਆ ਉਹਨਾਂ ਨੂੰ ਠੀਕ ਕਰਨ ਦਾ ਸਮਾਂ ਲੱਗਦਾ ਹੁੰਦਾ, ਔਰ ਕੈਪਟਨ ਸਾਹਿਬ ਤੋਂ ਵਧੀਆ ਕੋਈ ਕਮੀਆਂ ਪੇਸ਼ੀਆਂ ਸਹੀ ਨਹੀਂ ਕਰ ਸਕਦਾ, ਨਾ ਤਾਂ ਕੈਪਟਨ ਸਾਹਿਬ ਤੋਂ ਆਪਣਾ ਮੁੱਖ ਮੰਤਰੀ ਤੋਂ ਵਧੀਆ ਇਸ ਟਾਈਮ ਕੋਈ ਇਸ ਚੀਜ਼ ਨੂੰ ਲੀਡ ਕਰ ਸਕਦਾ। ਥੋੜ੍ਹਾ ਦੇਰ ਹਾਂ ਜ਼ਰੂਰ ਆ, ਡਿਲੇ ਵੀ ਹੋ ਰਿਹਾ ਕਈ ਵੀ ਗੱਲਾਂ, ਲੇਕਿਨ ਸਮਾਂ ਆਉਣ ਦੇ ਉੱਤੇ ਸਭ ਕੁਛ ਸਹੀ ਹੋਊਗਾ। ਔਰ ਸੁਖਬੀਰ ਬਾਦਲ ਕਹਿੰਦਾ ਨਖੇਧ ਹੈ ਜੀ ਕੈਪਟਨ, ਉਹ ਸੁਖਬੀਰ ਬਾਦਲ ਤਾਂ ਆਪ ਕੀ ਆ, ਆਪ ਮਹਾਂ ਨਖੇਧ, ਮਹਾਂ ਆਪਣਾ ਕੀ ਕਹਿੰਦੇ ਉਹਦੀਆਂ, ਤਾਂ ਉਹਦੇ ਤਾਂ ਮੈਂ ਤਾਂ ਕਹੂੰਗਾ ਵੀ ਉਹਨਾਂ ਬਾਰੇ ਬੋਲਣ ਦਾ ਕੋਈ ਫਾਇਦਾ ਨਹੀਂ ਹੈਗਾ, ਵੀ ਆਪ ਜੋ ਹੈਗਾ ਵਾ ਆਪਣੀ ਝਾਤੀ ਵੱਲ, ਆਪਣੇ ਵੱਲ ਝਾਤੀ ਮਾਰੇ, ਇੱਧਰ ਨਾ ਦੇਖੇ, ਬਾਅਦ ਵਿੱਚ ਉਹੀ ਮਿੰਨਤਾਂ ਕਰਦਾ ਹੁੰਦਾ ਸੁਖਬੀਰ ਬਾਦਲ, ਬਾਅਦ ਵਿੱਚ ਉਹੀ ਅਗਰ ਕੈਪਟਨ ਸਾਹਿਬ ਦੇ ਬਾਰੇ ਜੋ ਮਰਜ਼ੀ ਬੋਲੀ ਜੇ, ਉਹਦੇ ਕੈਪਟਨ ਸਾਹਿਬ ਨੇ 15 ਸੀਟਾਂ 'ਤੇ ਲਿਆ ਕੇ ਖੜ੍ਹਾ ਕਰਤਾ ਉਹਨੂੰ, ਅੱਜ ਲੱਭਣਾ ਫਿਰਦਾ ਵੀ ਆਪਣਾ ਕਹਿੰਦੇ ਕਿਸੇ ਤਰ੍ਹਾਂ ਮੈਂ ਅਕਾਲੀ ਦਲ ਦੀ ਹੋਂਦ ਬਚਾ ਲਾਂ। ਨੇਰ ਗਰਦੀ ਦੇ ਵਿੱਚ ਆ ਸੁਖਬੀਰ ਬਾਦਲ, ਕੈਪਟਨ ਸਾਹਿਬ ਦਾ 2 ਵਾਰ ਦਾ ਮੁੱਖ ਮੰਤਰੀ ਆ, ਮੈਂ ਵੀ ਸਹੀ ਮੈਨੇ ਤਾਂ ਮੈਂ ਵੀ ਕਮੈਂਟ ਕਰਦਾ ਚੰਗਾ ਨਹੀਂ ਲੱਗਦਾ, ਕਿਉਂਕਿ ਉਹ ਅਗਲਾ ਵੀ ਡਿਪਟੀ ਮੁੱਖ ਮੰਤਰੀ ਆ, ਮੈਂ ਕੱਲ੍ਹ ਨੂੰ ਕਹੀ ਜਾਵਾਂ, ਗੱਲ ਨੂੰ ਇਹ ਆ ਵੀ ਤੇਰਾ ਕਿਰਦਾਰ ਨਹੀਂ ਹੈਗਾ ਤੂੰ ਕੈਪਟਨ ਸਾਹਿਬ ਬਾਰੇ ਕਮੈਂਟ ਕਰੇ, ਉਵੇਂ ਅਸੀਂ ਵੀ ਅਗਰ ਕਮੈਂਟ ਕਰੀਏ ਉਹ ਸਾਨੂੰ ਵੀ ਸ਼ੋਭਾ ਨਹੀਂ ਦਿੰਦਾ। ਲੇਕਿਨ ਇਹ ਫੈਕਟਸ ਦੇ ਉੱਤੇ ਗੱਲਾਂ ਵਾ, ਬੜੀਆਂ ਕਮੀਆਂ ਪੇਸ਼ੀਆਂ ਹੁੰਦੀਆਂ, ਲੇਕਿਨ ਐਵੇਂ ਕਿਸੇ ਤੋਂ ਕਰੈਕਟਰ ਦੇ ਉੱਤੇ ਐਵੇਂ ਫਾਲਤੂ ਦੀਆਂ ਗੱਲਾਂ ਕਰੀ ਜਾਣੀਆਂ, ਇਹ ਕੋਈ ਗੱਲਾਂ ਠੀਕ ਨਹੀਂ ਹੈਗੀਆਂ। ਅਤੇ ਗੱਲ ਰੂਪਨਗਰ ਹਲਕੇ ਦੀ ਕਰ ਲਈਏ, ਹੜ੍ਹਾਂ ਦੀ ਹੁਣ ਨੌਬਤ ਆਈ ਹੋਈ ਹੈ, ਬੰਦੇ ਤਾਂ ਤੁਸੀਂ ਆਪਣੇ ਵਿੱਚ ਲੈ ਲਏ ਆਮ ਆਦਮੀ ਪਾਰਟੀ, ਕਿਉਂਕਿ ਇੱਕ ਜਿਹੜਾ MLA ਹੁੰਦਾ ਹੈ ਉਹ ਇੱਕ ਵੀ ਦੁੱਖ ਦਰਦ ਜਾਂ ਪ੍ਰਸ਼ਾਸਨ ਤੋਂ ਪੁੱਛ ਗਿੱਛ ਕਰਦਾ ਹੈ, ਅੱਗੇ ਸਰਕਾਰ ਤੱਕ ਰਿਪੋਰਟ ਦਿੰਦਾ, ਜਾਂ ਫਿਰ ਇੱਕ MLA ਮਤਲਬ ਕਿ ਬਹੁਤ ਕੁਝ ਕਰ ਸਕਦਾ ਹਲਕੇ ਲਈ। ਇੱਕ MLA ਸੀ ਰੂਪਨਗਰ ਦਾ, ਉਹ ਵੀ ਤੁਸੀਂ ਆਪਣੇ 'ਚ ਰਲਾ ਲਏ, ਅਤੇ ਹੁਣ ਉਹ ਕਹਿੰਦੇ ਸੀ ਵੀ ਮੈਂ ਲੋਕਾਂ ਦੀਆਂ ਮੁਸੀਬਤਾਂ ਜਿਹੜੀਆਂ ਹੈਗੀਆਂ ਉਹਨਾਂ ਕਰਕੇ ਮੈਂ ਕਾਂਗਰਸ 'ਚ ਆਇਆ, ਉਹ ਤਾਂ ਲੱਭਦੇ ਵੀ ਨਹੀਂ ਹੈ ਜੀ। ਇਹ ਤੁਸੀਂ MLA ਸਾਹਿਬ ਤੋਂ ਪੁੱਛੋ, ਦੇਖੋ ਸਾਡਾ ਜੋ ਫਰਜ਼ਾ ਅਸੀਂ ਤਾਂ ਉਹ ਪੂਰਾ ਕਰ ਰਹੇ ਹਾਂ। MLA ਸਾਹਿਬ ਦੀਆਂ, ਤੁਸੀਂ ਜ਼ਿਲ੍ਹਾ ਪ੍ਰਧਾਨ ਹੋ ਜੀ, ਮੈਂ ਪਤਾ ਤਾਂ ਹੋਣਾ ਚਾਹੀਦਾ ਕਿੱਧਰ ਨੇ, ਕਿਉਂਕਿ ਲੋਕ ਤਾਂ ਉਹਨਾਂ ਦੀਆਂ ਫੋਟੋਆਂ ਵਾਇਰਲ ਕਰ ਰਹੇ ਨੇ ਵੀ ਉਹ ਤਾਂ ਮੇਲੇ ਦੇਖ ਰਹੇ ਨੇ ਹੜ੍ਹਾਂ ਦੇ ਦਿਨਾਂ 'ਚ। ਜਦੋਂ ਆਪਣਾ ਕੀ ਕਹਿੰਦੇ ਮੰਤਰੀ ਸਾਹਿਬ ਆਉਂਦੇ ਆ ਉਦੋਂ ਵੀ ਉਹ ਆ ਜਾਂਦੇ ਹੁੰਦੇ ਆ, ਉਵੇਂ ਕੈਮਰੇ 'ਚ ਨਹੀਂ ਦੇਖਦੇ ਜੀ, ਨਾ ਸਾਨੂੰ ਦਿਸੇ। ਦੇਖੋ ਤਾਂ ਇਹ ਤੁਸੀਂ MLA ਸਾਹਿਬ ਤੋਂ ਪੁੱਛੋ, ਕਿਉਂਕਿ ਕਾਰਨ ਇਹ ਆ ਵੀ ਦੇਖੋ ਤੁਸੀਂ ਅਨੰਦਪੁਰ ਸਾਹਿਬ ਵੇਖੋਗੇ, ਉੱਧਰ ਆਪਣਾ ਕੀ ਕਹਿੰਦੇ ਉੱਧਰ ਦੇ ਵਿਧਾਇਕ ਉਹ ਵੀ ਭੱਜੇ ਫਿਰਦੇ ਆ, ਚੰਨੀ ਸਾਹਿਬ ਵੇਖੋਗੇ ਉਹ ਵੀ ਭੱਜੇ ਫਿਰਦੇ ਆ, ਮੈਂ ਵੀ ਇੱਧਰ ਹੈਗਾ, ਕੋਈ ਗੱਲ ਨਹੀਂ, ਜਿਹੜੀਆਂ ਕਮੀਆਂ ਪੇਸ਼ੀਆਂ ਅਸੀਂ ਕਿਸੇ ਨੇ ਘੱਟ ਕਰਤੀਆਂ ਕਿਸੇ ਨੇ ਵੱਧ ਕਰਤੀਆਂ, ਲੇਕਿਨ ਓਵਰਆਲ ਕਾਂਗਰਸ ਪਾਰਟੀ ਵੱਲੋਂ ਸਾਡਾ ਪੂਰਾ ਜ਼ੋਰ ਲੱਗਾ ਹੋਇਆ, ਅਸੀਂ ਸਾਰੇ ਰਲ ਮਿਲ ਕੇ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਜੇ ਉਹਨਾਂ ਦੀ ਕੋਈ ਕਮੀ ਰਹੂਗੀ ਤਾਂ ਅਸੀਂ ਪੂਰੀ ਕਰਨ ਨੂੰ ਹੈਗੇ ਹਾਂ। ਸੋ ਇਸ ਕਰਕੇ ਉਹ ਕੋਈ ਮਸਲਾ ਨਹੀਂ ਹੈਗਾ, ਵੀ ਗੱਲ ਇਹ ਆ ਵੀ ਲੋਕਾਂ ਤੱਕ ਕੀ ਸਹੂਲਤ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ, ਲੋਕਾਂ ਤੱਕ ਆਪਣਾ ਉਹਨਾਂ ਦੀ ਸਾਰ ਲਿੱਤੀ ਜਾ ਰਹੀ ਕਿ ਨਹੀਂ ਲਿੱਤੀ ਜਾ ਰਹੀ। ਸੋ ਬਤੌਰ ਅਸੀਂ ਬੈਠੇ ਹਾਂ ਔਰ ਅਸੀਂ ਇਸ ਚੀਜ਼ ਨੂੰ ਪੂਰਾ ਧਿਆਨ ਦੇ ਰਹੇ ਹਾਂ, ਬਤੌਰ ਜ਼ਿਲ੍ਹਾ ਪ੍ਰਧਾਨ ਮੇਰੀ ਇਹੀ ਕੋਸ਼ਿਸ਼ ਆ ਵੀ ਹਰ ਤਰ੍ਹਾਂ ਮੇਰੇ ਆਪ ਦਾ ਹਲਕਾ ਰੋਪੜ, ਮੈਂ ਇੱਥੇ ਇਲੈਕਸ਼ਨ ਲੜਿਆ ਸੀ, ਮੈਂ ਹਾਰ ਜ਼ਰੂਰ ਗਿਆ ਸੀ, ਲੇਕਿਨ ਅੱਜ ਵੀ ਇਹੀ ਕੋਸ਼ਿਸ਼ ਆ ਵੀ ਆਪਾਂ ਲੋਕਾਂ ਤੱਕ ਪਹੁੰਚ ਸਕੀਏ, ਲੋਕਾਂ ਤੱਕ ਚੰਗੇ ਤਰੀਕੇ ਨਾਲ ਪਹੁੰਚ ਸਕੀਏ। MLA ਸਾਹਿਬ ਵਾਲੀ ਗੱਲ ਤੁਸੀਂ MLA ਸਾਹਿਬ ਤੋਂ ਹੀ ਪੁੱਛ ਲਿਓ, ਕਿਉਂਕਿ ਦੇਖੋ ਮੈਂ ਕੁਛ ਬੋਲੂੰਗਾ ਕਿਉਂਕਿ ਕਿਤੇ ਨਾ ਕਿਤੇ ਉਹ ਸਾਡੇ ਪਾਰਟੀ ਜ਼ਰੂਰ ਹੈਗੇ ਆ, ਲੇਕਿਨ ਇਲੈਕਸ਼ਨ ਉਲਟ ਲੜਕਾਰੀ ਔਰ ਮਿਸਅੰਡਰਸਟੈਂਡਿੰਗ ਹੋ ਜਾਂਦੀ ਆ। ਸੋ ਮੈਂ ਇਸ ਟਾਈਮ ਦੇ ਵਿੱਚ ਕੋਈ ਮਿਸਅੰਡਰਸਟੈਂਡਿੰਗ ਚਾਹੁੰਦਾ ਨਹੀਂ, ਕਿਉਂਕਿ ਇਸ ਸਮੇਂ ਪੋਲੀਟੀਕਲ ਪੋਲੀਟਿਕਸ ਕਰਨ ਦਾ ਸਮਾਂ ਨਹੀਂ ਆ, ਇਸ ਸਮੇਂ ਲੋਕਾਂ ਤੱਕ ਪਹੁੰਚਣ ਦਾ। ਵਰਿੰਦਰ ਢਿੱਲੋਂ ਤੇ ਸੰਦੋਆ ਇਕੱਠੇ ਨਹੀਂ ਦਿਸਦੇ, ਕਾਰਨ ਕੀ? ਅੱਜ ਵੀ ਇਕੱਠੇ ਸੀਗੇ, ਅਸੀਂ ਪਹਿਲਾਂ ਵੀ ਕਈ ਵਾਰ ਮੰਚਾਂ ਦੇ ਉੱਤੇ ਇਕੱਠੇ ਹੁੰਦੇ ਹਾਂ,
ਅਤੇ ਇਕੱਠੇ ਤਾਂ ਆਪਣਾ ਕੀ ਕਹਿੰਦੇ ਐਂ ਤਾਂ ਕਹੋਗੇ ਵੀ ਬੜੇ ਲੋਕ ਆ ਜਿਹੜੇ ਇਕੱਠੇ ਨਹੀਂ ਵੇਖਦੇ ਹੁੰਦੇ, ਕੱਲ੍ਹ ਕੰਮ ਕਰਨ ਤੱਕ ਮਤਲਬ ਹੁੰਦਾ, ਕੰਮ ਹੋਣਾ ਚਾਹੀਦਾ ਵਾ। ਇਕੱਠੇ ਕੁੱਠੇ ਤਾਂ ਸੈਰੇਮੋਨੀਅਲ ਗੱਲਾਂ 20 ਜਗ੍ਹਾ ਤੁਹਾਨੂੰ ਸਾਡੀਆਂ ਫੋਟੋਆਂ ਇਕੱਠੀਆਂ ਵਿਖ ਜਾਣਗੀਆਂ, ਐਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਆ। ਔਰ ਰਹੀ ਗੱਲ ਅਗਰ ਤੁਹਾਡੀ ਇਹ ਇੱਛਾ ਵੀ ਇੱਛਾ ਪੂਰੀ ਕਰ ਦਾਂਗੇ, ਕੋਈ ਗੱਲ ਨਹੀਂ, ਛੇਤੀ ਇਕੱਠੇ ਕਿਤੇ ਨਾ ਕਿਤੇ ਤੁਹਾਨੂੰ ਉਹਨਾਂ ਨੂੰ ਲੈ ਇਕੱਠੇ ਹੋ ਜਾਂਗੇ, ਕੋਈ ਮਸਲਾ ਨਹੀਂ ਹੈਗਾ। ਠੀਕ ਹੈ। ਅਤੇ ਇੱਕ ਇੱਕ ਲੋਕਾਂ ਦੇ ਇਹ ਵੀ ਇਲਜ਼ਾਮ ਨੇ, ਕਹਿੰਦੇ ਨੇ ਔਰ ਦੇਖੀ ਦਾ ਵੀ ਆਪਾਂ ਵੀ ਇਹੀ ਕਹਿੰਦੇ, ਮੇਰੇ ਵੀ ਇਲਜ਼ਾਮ ਹੀ ਲਗਾ ਲਓ, ਰਾਜਨੀਤੀ ਬੜੀ ਗੰਦਲੀ ਆ ਕਹਿੰਦੇ ਜੀ ਦੇਸ਼ ਦੀ। ਦੇਸ਼ ਦੀ ਗੰਦਲੀ ਨਹੀਂ, ਸਾਰੇ ਓਵਰਆਲ ਸਿਸਟਮ ਹੀ ਤੁਸੀਂ ਕਹੋਗੇ ਵੀ ਉਵੇਂ ਦਾ ਇੱਕ ਬਣ ਚੁੱਕਾ ਵਾ। ਮੈਂ ਤਾਂ ਹੀ ਕਹਿੰਦਾ ਨਾ ਇਹ ਸਿਸਟਮ ਨੂੰ ਸੁਧਾਰਨ ਨੂੰ ਟਾਈਮ ਲੱਗਣਾ। ਦੇਖੋ ਇੱਕ 70 ਸਾਲ ਹੋ ਗਏ ਭਾਜੀ ਇਹੀ ਗੱਲਾਂ ਕਹੀ ਜਾਂਦੇ ਭਾਈ, 70 ਨਹੀਂ ਪਤਾ ਨਹੀਂ ਕਿੰਨੇ ਹਜ਼ਾਰਾਂ ਸਾਲਾਂ ਤੋਂ, ਉਸ ਤੋਂ ਪਹਿਲਾਂ 70 ਸਾਲ ਤਾਂ ਦੇਸ਼ ਆਜ਼ਾਦ ਨੂੰ, ਉਸ ਤੋਂ ਪਹਿਲਾਂ ਵੀ ਰਾਜਨੀਤੀ ਹੁੰਦੀ ਸੀ, ਉਸ ਤੋਂ ਪਹਿਲਾਂ ਰਾਜਿਆਂ ਦਾ ਰਾਜ ਸੀ, ਉਸ ਤੋਂ ਪਹਿਲਾਂ ਗੋਰਿਆਂ ਦਾ ਰਾਜ ਸੀ। ਉਹ ਇੱਕ 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 ਤਰੀਕੇ ਨੂੰ ਲੋਕਾਂ ਨੇ ਸਿਸਟਮ ਬਣਦੇ ਰਹਿੰਦੇ ਆ, ਸਿਸਟਮ ਵਿਗੜਦੇ ਰਹਿੰਦੇ ਆ, ਸਿਸਟਮ ਬਦਲਦੇ ਰਹਿੰਦੇ ਆ। ਸੋ ਇਹ ਲੋਕਾਂ ਨੂੰ ਹੀ ਆਪ ਸੋਚਣਾ ਪੈਣਾ ਵਾ ਵੀ ਆਪਾਂ ਇਹ ਸਿਸਟਮ ਕਿਵੇਂ ਬਦਲਨੇ ਆ। ਅਗਰ ਇਹ ਸਿਸਟਮ ਅਗਰ ਨਵੀਂ ਪਾਰਟੀ ਨੂੰ ਕਿਸੇ ਨੂੰ ਲਿਆਉਣਾ ਚਾਹੀਦਾ ਮਤਲਬ ਹੁਣ ਨਹੀਂ ਦੇਖੋ ਨਵੀਂ ਪਾਰਟੀਆਂ ਵੀ ਲਿਆ ਕੇ ਤੁਸੀਂ ਵੇਖ ਹੀ ਲਿਆ ਕੀ ਹੁੰਦਾ, ਨਾ ਤਾਂ ਨਵੀਂ ਪਾਰਟੀ ਵਾਲੇ ਨਾ ਲੱਭੇ, ਨਾ ਲੋਕੀ ਚੁਣਦੇ ਲੀਡਰ। ਲੋਕਾਂ ਨੇ ਤੁਸੀਂ ਰਾਜਨੀਤੀ ਨੂੰ ਗੰਦੇਲਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਰਾਜਨੀਤੀ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਵਾ, ਸਮਾਜ ਦਾ ਹਿੱਸਾ ਵਾ। ਇਹ ਆਪਾਂ ਹੀ ਚੁਣ ਕੇ ਲੀਡਰ ਕੋਈ ਧੱਕੇ ਨਾਲ ਤਾਂ ਲਿਆਉਂਦੇ ਨਹੀਂ ਲੀਡਰ। ਜੇ ਡੈਮੋਕ੍ਰੇਸੀ ਦੀ ਤੁਸੀਂ ਗੱਲ ਕਰੋਗੇ, ਫੋਰ ਦੀ ਪੀਪਲ ਬਾਈ ਦੀ ਪੀਪਲ। ਸੋ ਇਹ ਲੋਕਾਂ 'ਚ ਹੀ ਚੁਣੇ ਹੋਏ ਨੁਮਾਇੰਦੇ ਆ। 5 ਸਾਲਾਂ ਬਾਅਦ ਫਿਰ ਮੌਕਾ ਮਿਲ ਜਾ। ਆਹ ਰਾਜਨੀਤੀ ਗੰਦਾ, ਹਾਂ ਬਹੁਤ ਫਲੋਜ਼ ਆ, ਮੈਂ ਪਹਿਲਾਂ ਵੀ ਤੁਹਾਨੂੰ ਕਿਹਾ, ਸਿਸਟਮ ਦੇ ਵਿੱਚ ਅਗਰ ਆਪਾਂ ਚੇਂਜ ਲਿਆਉਣੀ ਆ ਤਾਂ ਸਿਸਟਮ ਦਾ ਹਿੱਸਾ ਬਣਨਾ ਪੈਂਦਾ। ਰਾਜਨੀਤੀ ਨੂੰ ਬਾਹਰੋਂ ਗਾਲਾਂ ਕੱਢੀ ਜਾਈਏ, ਠੀਕ ਆ, ਅੱਜ ਵੀ ਮੈਂ ਵੇਖ ਰਿਹਾ ਸੀ ਕਈ ਕਮੈਂਟ ਆ, ਐਂ ਕਰਤਾ ਜੀ, ਓਂ ਕਰਤਾ। ਕਮੈਂਟ ਕਰਨਾ ਬਹੁਤ ਸੌਖਾ, 2 ਮਿੰਟ ਦਾ ਕੰਮ ਆ। ਆਓ ਇੱਥੇ ਆ ਕੇ ਵਿੱਚ ਵੜੋ, ਇਸ ਦਲਦਲ ਨੂੰ ਸਾਫ਼ ਕਰੋ, ਫਿਰ ਪਤਾ ਚੱਲਦਾ। ਮੈਂ ਕੋਈ ਮੇਰਾ ਕੋਈ ਰਾਜਨੀਤਿਕ ਪਿਛੋਕੜ ਨਹੀਂ ਹੈਗਾ, ਮੇਰਾ ਵੀ, ਮੈਂ ਜਿਵੇਂ ਤੁਸੀਂ ਕਹਿੰਦੇ ਹੋ, ਸ਼ਾਇਦ ਮੇਰੀ ਵੀ ਉਮਰ ਦੇ ਵਿੱਚ ਮੁੰਡੇ ਉਸ ਤਰੀਕੇ ਨਾਲ ਰਾਜਨੀਤੀ ਨਹੀਂ ਕਰਦੇ, ਮਤਲਬ ਆਪਣੀ ਜ਼ਿੰਦਗੀ ਮੈਂ ਵੀ ਜਿਉਣਾ ਚਾਹੁੰਦੇ। ਲੇਕਿਨ ਅੱਜ ਵੀ ਅੱਜ ਤੁਸੀਂ ਲੀਡਰਾਂ ਦੇ ਜੋ ਹਾਲਾਤ ਆ, ਤੁਸੀਂ ਇੱਕ ਗੱਲ, 24 ਘੰਟੇ ਵੀ ਕਈ ਕੰਮ ਕਰਦੇ ਆ, ਕਈ ਨਹੀਂ ਕਰਦੇ, ਨਹੀਂ ਕਰਦੇ, ਲੇਕਿਨ ਜਿਹੜੇ ਕੰਮ ਕਰਦੇ ਆ ਤੁਸੀਂ ਉਹਨਾਂ ਦੀ ਗੱਲ ਵੇਖੋ। ਆਪਾਂ ਜਿਨ੍ਹਾਂ ਨੇ ਨਹੀਂ ਕੰਮ ਕਰਦੇ ਆਪਾਂ ਉਹਨਾਂ ਨੂੰ ਚੱਕ ਲਈਦਾ। ਕਈ ਲੀਡਰ 24 ਘੰਟੇ ਕੰਮ ਕਰਦੇ, ਕੋਈ ਆਪਣਾ ਘਰ ਦੇ ਆਪਣੇ ਬੱਚਿਆਂ ਦਾ ਸੈਕਰੀਫਾਈਸ ਕਰਦੇ, ਆਪਣੀ ਫੈਮਿਲੀ ਦਾ ਸੈਕਰੀਫਾਈਸ ਕਰਦੇ, ਕਿਸੇ ਨੇ ਧੱਕੇ ਨਾਲ ਨਹੀਂ ਕੋਈ ਕਰਾ ਰਿਹਾ। ਲੇਕਿਨ ਲੀਡਰਾਂ ਦੀ ਵੀ ਕਈ ਜਿਹੜੇ ਚੰਗੇ ਲੀਡਰ ਆ ਉਹਨਾਂ ਨੂੰ ਵੀ ਸਿਰਹਾਣਾ ਚਾਹੀਦਾ। ਅੱਜ ਕਾਂਗਰਸ 'ਚ ਕੀ ਸਾਰੇ ਚੰਗੇ ਆ ਜਾਂ ਮਾੜੇ ਹੈ ਵੀ? ਹਰ ਪਾਰਟੀ 'ਚ ਹੁੰਦੇ ਆ, ਹੈ ਕੀ ਕਾਂਗਰਸ ਹੁੰਦੇ ਭਾਅ ਜੀ ਹੋਣਗੇ, ਪਰ ਮੇਰੀ ਸਭ ਨੂੰ, ਕਿਉਂਕਿ ਅਸੀਂ ਤਾਂ ਭਾਅ ਜੀ ਹਾਲੇ ਨੌਜਵਾਨ ਹੈਗੇ ਹਾਂ, ਅਸੀਂ ਕਾਂਗਰਸ ਪਾਰਟੀ ਵਿੱਚ ਆਪਣਾ ਕੀ ਕਹਿੰਦੇ, ਜ਼ਰੂਰ ਸਾਨੂੰ 10 ਸਾਲ ਜ਼ਰੂਰ ਹੋ ਗਏ ਸਟੂਡੈਂਟ ਜਥੇਬੰਦੀਆਂ 'ਚ। ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਹ ਜਿਹੜਾ ਚੀਜ਼ਾਂ ਵਾ, ਅੱਜ ਨੌਜਵਾਨਾਂ ਨੂੰ ਟਿਕਟਾਂ ਮਿਲ ਰਹੀਆਂ, ਕੋਈ ਸਿਸਟਮ ਜਿਹੜੇ ਫਲੋ ਹੈਗੇ ਆ ਹੌਲੀ ਹੌਲੀ ਉਹ ਠੀਕ ਹੋਣਗੇ। ਜਦੋਂ ਨੌਜਵਾਨਾਂ ਦੀ ਸੋਚ ਆਊਗੀ, ਨਵੀਂ ਸੋਚ ਆਊਗੀ, ਜਿਹੜੀਆਂ ਕਮੀਆਂ ਪੇਸ਼ੀਆਂ ਉਹ ਠੀਕ ਹੋਣਗੀਆਂ। ਇਹ ਲੇਕਿਨ ਇੱਕ ਕੰਟੀਨਿਊਸ ਪ੍ਰੋਸੈਸ ਆ। 70 ਸਾਲਾਂ ਦੇ ਵਿੱਚ ਦੇਸ਼ ਆਜ਼ਾਦ ਹੋਇਆ, ਤੁਸੀਂ 70 ਸਾਲਾਂ 'ਚ ਸਾਰੇ ਰੌਲਾ, ਪਾਕਿਸਤਾਨ ਵੀ 70 ਸਾਲਾਂ ਪਹਿਲਾਂ ਆਜ਼ਾਦ ਹੋਇਆ ਸੀ, ਅੱਜ ਪਾਕਿਸਤਾਨ ਦਾ ਕੀ ਹਾਲ ਆ? ਬੰਗਲਾਦੇਸ਼ ਥੋੜ੍ਹੀ ਦੇਰ ਪਹਿਲਾਂ ਆਜ਼ਾਦ ਹੋਇਆ ਸੀ, ਉਹਦਾ ਕੀ ਹਾਲ ਆ? ਜਿਹੜੇ ਦੇਸ਼ ਮੁਲਕ ਆਜ਼ਾਦ ਹੋਏ ਆ ਉਹਨਾਂ ਦਾ ਹਾਲ ਵੇਖ ਲਓ, ਔਰ ਇੰਡੀਆ ਦਾ ਹਾਲ ਵੇਖ ਲਓ। ਅੱਜ ਇਹ ਤਾਂ ਨਹੀਂ ਆ ਵੀ ਆਪਾਂ ਸਾਰਾ ਕੁਛ ਹੀ ਖਤਮ ਹੋ ਗਿਆ, ਦੇਸ਼ ਬਰਬਾਦ ਹੋ ਗਿਆ, ਅੱਜ ਭੁੱਖ ਮਰੀ ਆ, ਅੱਜ ਮਤਲਬ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ, ਪਰ ਨਾਗਰਿਕ, ਭਾਰਤੀ ਨਾਗਰਿਕ ਇੱਕ ਦਬਾਅ ਥੱਲੇ ਜੀ ਰਿਹਾ ਵੀ ਪਤਾ ਨਹੀਂ ਕਦੋਂ ਕਿਹੜੇ ਕਿਹੜੇ ਕਾਨੂੰਨ ਆ ਰਹੇ ਨੇ, ਉਹ ਕਹਿੰਦਾ ਵੀ ਪਤਾ ਨਹੀਂ ਸਾਨੂੰ ਕਦੋਂ ਅੱਤਵਾਦੀ ਦੱਸ ਦੇਣਾ ਜਾਂ ਕੁਛ, ਇਹ ਮਤਲਬ ਕਿ ਇੱਕ ਦਬਾਅ ਜੇ ਥੱਲੇ ਜੀ ਰਿਹਾ। ਦੇਖੋ ਇਹ ਤਾਂ ਇਹ ਇੱਕ ਇੱਕ ਗੱਲਾਂ, ਜਦ ਤੱਕ ਮੁੱਦਿਆਂ ਦੇ ਉੱਤੇ ਇਲੈਕਸ਼ਨ ਨਹੀਂ ਆਊਗੀ ਨਾ, ਜਦ ਤੱਕ ਅਸੂਲਾਂ ਦੇ ਉੱਤੇ ਇਲੈਕਸ਼ਨ ਨਹੀਂ ਆਊਗੀ ਉਦ ਤੱਕ ਐਂ ਹੀ ਮਾਹੌਲ ਬਣਿਆ ਰਹੂਗਾ। ਜਦ ਤੱਕ ਮਨੀ ਪਾਵਰ ਮਸਲ ਪਾਵਰ ਵਿੱਚ ਰਹੂਗੀ ਨਾ ਉਦ ਤੱਕ ਐਂ ਹੀ ਰਹੂਗਾ। ਐਤ ਕਿ ਤੁਸੀਂ ਵੇਖ ਲਓ ਹੁਣ ਅੱਜ ਦੇ ਸਮੇਂ 'ਚ, ਪਤਾ ਨਹੀਂ ਲੋਕ ਕੀ ਫੀਲ ਕਰਦੇ ਹੋਣ, ਮੋਦੀ ਨੂੰ ਕਿਸ ਮੁੱਦੇ ਦੇ ਉੱਤੇ ਵੋਟ ਪਾਤੀ ਲੋਕਾਂ ਨੇ? ਮੋਦੀ ਨੂੰ ਇਹ ਕਹਿਤਾ ਵੀ ਮੋਦੀ ਬੜਾ ਸਟਰੋਂਗ ਪ੍ਰਾਈਮ ਮਿਨਿਸਟਰ ਆ, ਕੀ ਸਟਰੋਂਗ ਪ੍ਰਾਈਮ ਮਿਨਿਸਟਰ ਨੇ ਨੌਕਰੀਆਂ ਦਿੱਤੀਆਂ, ਕੀ ਸਟਰੋਂਗ ਪ੍ਰਾਈਮ ਮਿਨਿਸਟਰ ਨੇ ਇਕਨੋਮੀ ਦਾ ਅੱਜ ਹਾਲ ਵੇਖੋ, ਇਲੈਕਸ਼ਨ ਤੋਂ ਬਾਅਦ ਕੀ ਹੋ ਰਿਹਾ, ਅੱਜ ਪੈਟਰੋਲ ਕਿੱਥੇ ਜਾ ਰਿਹਾ,
ਠੀਕ ਆ ਤੁਸੀਂ ਬੜਾ ਇੱਕ ਫੈਸ਼ਨ ਜਿਹਾ ਬਣ ਗਿਆ ਵੀ ਗਾਲਾਂ ਕੱਢ ਦਿਉ ਪੁਰਾਣੇ ਨੂੰ। ਮੋਦੀ ਉਹਨਾਂ ਨੇ ਇੱਕ ਮਾਰਕੀਟਿੰਗ ਚੰਗੀ ਕਰਦੇ ਆ, ਇਹ ਬੜਾ ਸੌਖਾ ਕਹਿਣਾ 70 ਸਾਲ 'ਚ ਕੁਛ ਨਹੀਂ ਹੋਇਆ। 70 ਸਾਲ 'ਚ ਅੱਜ ਭਾਖੜਾ ਡੈਮ ਇੱਥੇ ਜਿਹੜਾ ਬਣਿਆ ਹੋਇਆ ਇਹ ਕਾਂਗਰਸ ਦੀ ਦੇਣ ਆ, ਇਸ ਹਲਕੇ ਨੂੰ ਇਸ ਇਲਾਕੇ ਨੂੰ ਕਿੰਨੇ ਜਗ੍ਹਾ ਨੂੰ ਉਹਨੇ ਇਲੈਕਟ੍ਰਿਸਿਟੀ, ਇਹ ਕਾਂਗਰਸ ਦੀ ਦੇਣ ਆ। ਠੀਕ ਆ, ਕੁਛ ਚੀਜ਼ਾਂ ਓਵਰਸ਼ੈਡੋ ਕਰ ਜਾਂਦੀਆਂ। ਸੋ ਮੈਂ ਇਹ ਨਹੀਂ ਕਹਿੰਦਾ ਇਕੱਲਾ ਭਾਖੜਾ ਡੈਮ, ਹੋਰ ਤੁਸੀਂ ਇੰਸਟੀਟਿਊਟ 'ਚ IITs, IIMs, ਕਾਲਜਿਸ, ਐਜੂਕੇਸ਼ਨ, ਇੱਕ ਬੇਸਿਕ ਢਾਂਚਾ ਖੜ੍ਹਾ ਕੀਤਾ। ਇੱਕ ਦੇਸ਼ ਦੀ ਉਮਰ ਜਿਹੜੀ ਆ 70 ਸਾਲ ਬੜੀ ਨੌਜਵਾਨ ਉਮਰ ਮੰਨੀ ਜਾਂਦੀ, ਤੁਹਾਡੀ ਮੇਰੀ ਉਮਰ 70 ਸਾਲ ਹੋ ਸਕਦੀ ਆ, ਲੇਕਿਨ ਅਗਰ ਦੇਸ਼ ਨੂੰ ਤੁਸੀਂ ਮੰਨੋ, ਦੇਸ਼ ਇੱਕ 70 ਸਾਲ ਦੇ ਦੇਸ਼ ਨੂੰ ਯੰਗ ਦੇਸ਼ ਕਹਿੰਦੇ ਆ, ਹਾਲੇ ਇੱਕ ਤਰ੍ਹਾਂ ਤੋਂ ਉਹ ਨੌਜਵਾਨ ਦੇਸ਼ ਆ। ਕਈ ਆਪਣੇ 2-2, 2.5-2.5 ਸੌ ਸਾਲ ਪੁਰਾਣੇ, ਅੱਜ ਬ੍ਰਿਟੇਨ 'ਚ ਕੀ ਹੋ ਰਿਹਾ, ਜਿਨ੍ਹਾਂ ਨੇ UK ਨੇ ਜਿਹਨੇ ਸਾਰੇ ਦੇਸ਼ 'ਤੇ ਰਾਜ ਕੀਤਾ, ਸਾਰੀ ਦੁਨੀਆ 'ਤੇ ਰਾਜ ਕੀਤਾ, ਅੱਜ ਉਹਨਾਂ ਦੇ ਉੱਥੇ ਕਿੰਨਾ ਕਲੇਸ਼ ਛਿੜਿਆ ਪਿਆ, ਬ੍ਰੈਕਸਿਟ ਦਾ ਮਸਲਾ ਵਾ। ਸੋ ਕਹਿੰਦਾ ਮਤਲਬ ਮੁੱਦੇ ਤਾਂ ਹਰ ਜਗ੍ਹਾ ਹੀ ਆ, ਮੁਸ਼ਕਲਾਂ ਹਰ ਜਗ੍ਹਾ ਵਾ, ਉਹ ਮੁਸ਼ਕਲਾਂ ਨੂੰ ਕਿਹੜੇ ਲੀਡਰ ਟੈਕਲ ਕਰਦੇ ਆ ਉਹੀ ਆਉਣ ਵਾਲੇ ਦੇਸ਼ ਦਾ ਫਿਊਚਰ ਡਿਸਾਈਡ ਕਰਦੇ ਆ। ਅੱਜ ਦੇਸ਼ ਦੀ ਕਮਾਨ ਮੋਦੀ ਦੇ ਹੱਥ ਵਿੱਚ ਆ, ਮੋਦੀ ਜ਼ਰੂਰ ਇਹਨੂੰ, ਸਾਨੂੰ ਇਹ ਲੱਗਦਾ ਪਿੱਛੇ ਹੀ ਲੈ ਕੇ ਜਾ ਰਿਹਾ, ਲਾ ਕਿ ਅੱਗੇ ਲੈ ਕੇ ਰਹੇ ਕਿ ਮਾਰਕੀਟਿੰਗ ਤਕੜਾ। ਅੱਜ ਨੈਸ਼ਨਲਿਜ਼ਮ ਅਤੇ ਬਾਲਾਕੋਟ ਦੇ ਵਿੱਚ ਮੋਦੀ ਦੀ ਕੀ ਕੰਟਰੀਬਿਊਸ਼ਨ ਸੀ, ਇੱਕ ਸਟ੍ਰਾਈਕ ਸੀਗਾ, ਲੇਕਿਨ ਉਹਦੇ ਵਿੱਚ ਕੌਂਟਰ, ਅੱਜ 370 ਉੱਥੇ ਸਾਰਾ ਦੇਸ਼ ਜਸ਼ਨ ਮਨਾ ਰਿਹਾ, ਲੇਕਿਨ ਜਿਨ੍ਹਾਂ ਦੇ ਉੱਤੇ 370 ਲੱਗੀ ਆ, ਜਿਨ੍ਹਾਂ ਦੇ ਉੱਥੇ ਦੇਸ਼, ਜਿਹੜੇ ਉੱਥੇ ਲੋਕ ਰਹਿਣ ਵਾਲੇ ਆ, ਅੱਜ ਉਹਨਾਂ ਨੂੰ ਕਿਉਂ ਜਾਨਵਰਾਂ ਵਾਂਗੂ ਬੰਦ ਕੀਤਾ ਹੋਇਆ ਉੱਥੇ, ਅੱਜ ਉਹਨਾਂ ਨੂੰ ਕਿਉਂ ਐਂ ਦੱਬਿਆ ਗਿਆ ਵਾ, ਉਹਨਾਂ ਤੋਂ 20-20 ਦਿਨ ਅੱਜ ਤੱਕ ਤੁਸੀਂ ਮੇਰੀ ਤੁਹਾਡੀ ਜ਼ਿੰਦਗੀ ਆ, ਮੇਰੇ ਤੁਹਾਡੇ ਤਾਂ ਇੱਥੋਂ ਤੁਹਾਨੂੰ ਘਰਾਂ 'ਚ ਬਿਠਾ ਦਿੱਤਾ ਜਾਵੇ, ਆਮ ਲੋਕਾਂ ਨੂੰ ਇੱਥੇ ਘਰਾਂ 'ਚ ਬਿਠਾ ਦਿੱਤਾ ਜਾਵੇ, ਫੋਨ ਬੰਦ ਕਰ ਦਿੱਤੇ ਜਾਣ, ਸਾਰਾ ਟਾਈਮ ਕਰਫਿਊ ਹੋਵੇ, ਕੀ ਬੀਤਦੀ ਹੋਊਗੀ। ਅੱਜ ਬੱਚੇ ਜਿਹੜੇ ਇੱਥੇ ਕਸ਼ਮੀਰ ਦੇ ਆ, ਉਹ ਆਪਣੇ ਮਾਂ ਪਿਓ ਨਾਲ ਗੱਲ ਨਹੀਂ ਕਰ ਸਕਦੇ, ਲੇਕਿਨ ਆਪਾਂ ਇਸ ਕਰਕੇ ਕਹਿੰਦੇ ਆਪਣੇ ਨਾਲ ਨਹੀਂ ਹੋ ਰਿਹਾ, ਕਸ਼ਮੀਰ ਅੱਜ ਕਸ਼ਮੀਰ ਨਾਲ ਵਧੀਆ ਹੋ ਰਿਹਾ, ਆਪਾਂ ਸੋਚੀ ਦਾ ਇਹ ਅੱਜ ਉਹਨਾਂ ਨਾਲ ਹੋ ਰਿਹਾ, ਕੱਲ੍ਹ ਨੂੰ ਸਾਡੇ ਨਾਲ ਵੀ ਹੋ ਸਕਦਾ। ਇਹੀ ਸੋਚ ਇਹੀ ਲੈਵਲ 'ਤੇ ਕਾਂਗਰਸ ਕਿਉਂ ਨਹੀਂ ਇਹਦੇ ਪ੍ਰੋਟੈਸਟ ਕਰਦੀ? ਭਾਅ ਜੀ ਪ੍ਰੋਟੈਸਟ ਕੀਤੇ ਤਾਂ ਹੈ, ਅੱਜ ਤੁਸੀਂ ਵੇਖੋ ਤਾਂ ਸਹੀ, ਲੋਕਾਂ ਦਾ ਇੱਕ ਮੂਡ ਆ, ਅੱਜ ਦੇ ਸਮੇਂ 'ਚ ਸੋਸ਼ਲ ਮੀਡੀਆ ਇੰਨਾ ਕੁ ਹਾਵੀ ਹੋ ਚੁੱਕਾ ਵਾ ਵੀ ਗੱਲ ਨੂੰ ਤਰੋੜ ਮਰੋੜ ਕੇ ਇਹਨਾਂ ਨੇ BJP ਦਾ ਇਹੋ ਜਿਹਾ ਮੀਡੀਆ ਦੇ ਉੱਤੇ ਕਬਜ਼ਾ ਵਾ, ਅੱਜ ਇੰਸਟੀਟਿਊਸ਼ਨ ਸੁਪਰੀਮ ਕੋਰਟ 'ਤੇ ਇਹ ਕਬਜ਼ਾ ਕਰਨ 'ਤੇ ਫਿਰਦੇ ਆ, ਇੱਕ ਤਰ੍ਹਾਂ ਤੋਂ ਆਪਣੇ ਜੱਜ ਬਣਾਉਣ ਨੂੰ ਫਿਰਦੇ, ਮੀਡੀਆ 'ਤੇ ਇਹ ਕਬਜ਼ਾ ਕਰ ਚੁੱਕੇ ਆ, ਇਨਕਮ ਟੈਕਸ, ED, ਕੀ ਏਜੰਸੀਆਂ ਨੂੰ ਇਹ ਕਾਬੂ, ਮਤਲਬ ਇੱਕ ਤਰ੍ਹਾਂ ਤੋਂ ਇੱਕ ਅਨਡਿਕਲੇਅਰਡ ਐਮਰਜੈਂਸੀ ਵਾਲਾ ਮਾਹੌਲ ਬਣ ਚੁੱਕਾ ਵਾ। ਔਰ ਅਸੀਂ ਅੱਜ ਤੋਂ ਵੱਡੀ ਪਾਰਟੀ ਬਣ ਚੁੱਕੀ ਹੈ ਵੀ, ਮਤਲਬ ਇਹ ਮੰਨ ਲਈਏ BJP, ਕਾਂਗਰਸ ਕਾਂਗਰਸ ਨੂੰ ਵੀ ਟਾਈਮ ਲੱਗਦਾ, ਕਾਂਗਰਸ 'ਚ ਵੀ ਕਈ ਕਮੀਆਂ ਪੇਸ਼ੀਆਂ ਰਹੀਆਂ ਹੋਣਗੀਆਂ, ਤਾਂ ਹੀ ਇਹ ਸਭ ਕੁਛ ਹੋਇਆ। ਅੱਜ ਰਾਹੁਲ ਜੀ ਸਾਡੇ ਲੀਡਰ ਆ, ਸ਼ਾਇਦ ਕਈ ਲੀਡਰ ਪੁਰਾਣੇ ਉਹਨਾਂ ਦਾ ਨਹੀਂ ਸਾਥ ਦੇ ਰਹੇ ਹੋਣਗੇ, ਸੋ ਉਹ ਕਮੀਆਂ ਪੇਸ਼ੀਆਂ ਆ ਰਹੀਆਂ, ਔਰ ਉਹ ਕਮੀਆਂ ਪੇਸ਼ੀਆਂ ਸਾਰੀ ਜਗ੍ਹਾ ਉਜਾਗਰ ਆ। ਰਾਹੁਲ ਜੀ ਸਾਡੇ ਲੀਡਰ ਆ, ਅੱਜ ਵੀ ਆ, ਕੱਲ੍ਹ ਵੀ ਆ, ਅੱਗੇ ਵੀ ਰਹਿਣਗੇ, ਔਰ ਰਾਹੁਲ ਜੀ ਨੂੰ ਹੀ ਅਸੀਂ ਅੱਗੇ ਰੱਖ ਕੇ ਇਹ ਸਾਰੀ ਸੋਚ ਜੋ ਸਾਡੀ ਆ ਇਹ ਉਹਨਾਂ ਨੂੰ ਹੀ ਪ੍ਰੇਰਿਤ ਆ, ਔਰ ਅਸੀਂ ਇਹੀ ਉਮੀਦ ਕਰਦੇ। ਉਹ ਵੀ ਕਹਿ ਰਹੇ ਆ ਵੀ ਜਿਹੜੇ ਤਰੀਕੇ ਨਾਲ 370 ਲਈ ਗਈ ਉਹ ਗਲਤ ਆ, ਕਿਤੇ ਨਾ ਕਿਤੇ ਜਿਵੇਂ ਨਾਗਰਿਕਾਂ ਨੂੰ ਕਈ ਲੀਡਰਾਂ ਨੇ ਗੁੰਮਰਾਹ ਕੀਤਾ, ਉਵੇਂ ਵੀ ਮੰਨ ਲਈਏ ਵੀ ਲੀਡਰਾਂ ਨੇ ਲੀਡਰਾਂ ਨੂੰ ਵੀ ਗੁੰਮਰਾਹ ਕੀਤਾ ਆਪਣੀ ਪਾਰਟੀ 'ਚ। ਕਰ ਦਿੰਦੇ ਭਾਅ ਜੀ, ਬਹੁਤ ਕੁਛ ਹੁੰਦਾ ਸਾਰਾ ਕੁਛ, ਸਿਸਟਮ ਦਾ ਹੀ ਹਿੱਸਾ ਵਾ, ਇਹ ਚੱਲਦਾ ਹੀ ਰਹਿੰਦਾ। ਮੈਂ ਵਾਰ ਵਾਰ ਸਿਸਟਮ ਵਰਡ ਇਸ ਕਰਕੇ ਯੂਜ਼ ਕਰਦਾ ਵਾਂ ਕਿਉਂਕਿ ਇਸ ਜੋ ਕੁਛ ਹੈਗਾ ਵਾ ਇਹ ਸਾਰੇ ਆਪਾਂ ਉਸ ਚੀਜ਼ ਦਾ ਹਿੱਸਾ ਵਾ, ਸਰਕਾਰ ਵੀ ਉਹਦਾ ਹਿੱਸਾ, ਸਮਾਜ ਵੀ ਉਹਦਾ ਹਿੱਸਾ, ਤੁਸੀਂ ਮੈਂ ਸਭ। ਸੋ ਕਿਤੇ ਨਾ ਕਿਤੇ ਆਪਾਂ ਨੂੰ ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ, ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਕੱਲ੍ਹ ਨੂੰ ਇਹਦਾ ਘਰ ਟੁੱਟ ਗਿਆ ਅਤੇ ਕੋਈ, ਜਿਵੇਂ ਲੋਕਾਂ ਨੇ ਹੜ੍ਹ ਆਇਆ, ਸਾਰੇ ਲੋਕਾਂ ਨੇ ਮਦਦ ਕੀਤੀ, ਸਮਾਜਿਕ ਤੌਰ 'ਤੇ ਹੋਈ, ਸਰਕਾਰਾਂ ਨੇ ਮਦਦ ਕੀਤੀ, ਉਂ ਹੀ ਆਪਾਂ ਨੂੰ ਅੱਜ ਕਸ਼ਮੀਰ ਵਾਸਤੇ ਵੀ ਇਹ ਸੋਚਣਾ ਪੈਣਾ। ਮੈਂ ਕਹਿੰਦਾ ਬਿਲਕੁਲ ਜੰਮੂ ਕਸ਼ਮੀਰ ਅੱਜ ਹਿੰਦੁਸਤਾਨ ਦਾ ਹਿੱਸਾ, ਬਿਲਕੁਲ ਹਿੱਸਾ, ਅੱਜ ਵੀ ਰਹੂ, ਅੱਗੇ ਵੀ ਰਹੂ, ਅੱਗੇ ਵੀ ਰਹੂਗਾ, ਕਦੀ ਕੋਈ ਤੋੜ ਨਹੀਂ ਸਕਦਾ। ਲੇਕਿਨ ਅੱਜ ਉੱਥੇ ਲੋਕਾਂ ਦੇ ਹਾਲਾਤ ਕੀ ਆ, ਆਪਾਂ ਸਿਰਫ ਇਸ ਕਰਕੇ ਕਿਉਂਕਿ ਆਪਣੇ ਕੋਲ ਇਨਫੋਰਮੇਸ਼ਨ ਨਹੀਂ ਪਹੁੰਚ ਰਹੀ, ਮੀਡੀਆ ਬਲੈਕਆਊਟ ਹੋ ਚੁੱਕਾ, ਅੱਜ ਉੱਥੇ ਲੋਕਾਂ ਕੋਲ ਜਿਹੜੇ ਬੱਚਿਆਂ ਦੇ ਪਾਇਲਟ ਗਨਸ ਨਾਲ ਤੁਸੀਂ ਅੱਜ ਉੱਥੇ ਲੋਕਾਂ ਦੇ ਸੀਨਾ ਛੱਲੀ ਕਰਦੇ, ਔਰ ਪੰਜਾਬ ਅੱਤਵਾਦ ਦੇ ਦੌਰ 'ਚੋਂ ਨਿਕਲਿਆ, ਪੰਜਾਬ ਜਾਣਦਾ ਅੱਤਵਾਦ ਨੂੰ, ਸਾਡੇ ਤੋਂ ਵੱਧ ਪੰਜਾਬੀਆਂ ਤੋਂ ਵੱਧ ਕੌਣ ਜਾਣ ਸਕਦਾ ਅੱਤਵਾਦ ਨੂੰ, ਸ਼ਾਇਦ ਅਸੀਂ ਤਾਂ ਜੰਮੇ ਵੀ ਨਹੀਂ ਸੀ ਉਦੋਂ।
ਲੇਕਿਨ ਉਦੋਂ ਤਾਂ ਅੱਤਵਾਦ ਦੇ ਦੌਰ ਤੋਂ ਅੱਜ ਪੁੱਛੋ ਜਿਨ੍ਹਾਂ ਦੇ ਮਾਵਾਂ ਦੇ ਪੁੱਤ ਗਵਾਏ, ਜਿਨ੍ਹਾਂ ਦੇ ਮੁੰਡਿਆਂ ਦੇ ਸਿਰਾਂ ਤੋਂ ਪਿਓ ਦਾ ਆਪਣਾ ਕੀ ਕਹਿੰਦੇ ਛੱਤਾਂ ਪਿਓਆਂ ਦੇ ਸਹਾਰੇ ਪਿਓ ਨਹੀਂ ਰਹੇ, ਜਿਹੜੀਆਂ ਭੈਣਾਂ ਨਾਲ ਜੋ ਕੁਛ ਹੋਇਆ ਔਰ ਅੱਜ ਉੱਥੇ ਕਸ਼ਮੀਰ 'ਚ ਹੋ ਰਿਹਾ, ਆਪਾਂ ਨੂੰ ਆਪਣਾ ਖੂਨ ਨਹੀਂ ਖੋਲਦਾ? ਤਾਂ ਆਪਾਂ ਕਹਿੰਦੇ ਵੀ ਆਪਣੇ ਨਾਲ ਤਾਂ ਹੋ ਨਹੀਂ ਰਿਹਾ, ਉਹਨਾਂ ਨਾਲ ਜੋ ਮਰਜ਼ੀ ਹੋਈ ਜਾਵੇ, ਕਿਉਂ? ਉਹ ਆਪਣੇ ਵਰਗੇ ਇਨਸਾਨ ਨਹੀਂ, ਸਿਰਫ ਧਰਮ ਮਜ਼ਹਬ ਦੀ ਗੱਲ ਰਹਿ ਗਈ। ਅੱਜ ਬਾਕੀ ਹਿੰਦੁਸਤਾਨ ਕਹਿ ਰਿਹਾ ਠੀਕ ਆ ਭਾਈ, ਜਦੋਂ ਤਾਂ ਆਪਣੇ ਘਰ 'ਤੇ ਕੁਛ ਹੋਵੇ ਉਦੋਂ ਤਾਂ ਬਹੁਤ ਨੁਕਸਾਨ ਆ, ਅਤੇ ਜਦੋਂ ਦੂਜੇ ਦੇ ਘਰ 'ਚ ਹੋਏ ਆਪਾਂ ਆਰਾਮ ਨਾਲ ਘਰਾਂ 'ਚ ਵੜ ਕੇ ਬਹਿ ਜੀ। ਇਹ ਸਰਾਸਰ ਗਲਤ ਆ, ਜਿਹੜੇ ਤਰੀਕੇ ਨਾਲ ਉੱਥੇ ਕੀਤਾ ਗਲਤ ਕਰ ਰਿਹਾ। ਤੁਸੀਂ ਡੈਮੋਕ੍ਰੇਸੀ ਦਾ ਹਿੱਸਾ ਹੋ, ਤੁਸੀਂ ਡਿਬੇਟ ਹੋ, ਤੁਸੀਂ ਇੱਕ ਅੱਜ ਇੱਕਦਮ ਤੁਸੀਂ ਐਂ ਧੱਕੇ ਨਾਲ ਇਹ ਸਾਰਾ ਕੁਛ ਕਰੋਗੇ, ਕੱਲ੍ਹ ਨੂੰ ਇਹ ਬੈਕਫਾਇਰ ਕਰੂਗਾ ਹੀ ਕਰੂਗਾ, ਔਰ ਉਦੋਂ ਆਪਾਂ ਯਾਦ ਕਰਾਂਗੇ ਵੀ ਇਹ ਸਹੀ ਹੋਇਆ ਕਿ ਗਲਤ ਹੋਇਆ। ਰੱਬ ਸੁੱਖ ਰੱਖੇ, ਅਗਰ ਤਾਂ ਇਹ ਸਾਰਾ ਕੁਛ ਸਹੀ ਹੋ ਜਾਂਦਾ ਫਿਰ ਤਾਂ ਮੋਦੀ ਸਾਹਿਬ ਤੁਹਾਨੂੰ ਸਲਾਮ, ਅਗਰ ਤਾਂ ਕੱਲ੍ਹ ਨੂੰ ਉੱਥੇ ਸਾਰਾ ਕੁਛ ਫਿਰ ਮੋਦੀ ਸਾਹਿਬ ਤੁਹਾਡਾ ਫੈਸਲਾ ਠੀਕ। ਲੇਕਿਨ ਅਗਰ ਕੱਲ੍ਹ ਨੂੰ ਉੱਥੇ ਕੁਛ ਇਨਸਰਜੈਂਸੀ ਜਾਂ ਕੁਛ ਇਹੋ ਜਿਹੀ ਚੀਜ਼ਾਂ ਆਉਂਦੀਆਂ, ਆਪਣੇ ਇੱਥੇ ਜਦੋਂ ਭਾਵੇਂ ਸਾਡੀ ਪਾਰਟੀ ਸੀ ਲੇਕਿਨ ਉਦੋਂ ਜਦੋਂ ਹੋਇਆ, ਅੱਜ ਤੱਕ 84 ਦੇ ਦਾਗ ਨਹੀਂ ਆਪਾਂ ਭੁੱਲ ਸਕਦੇ, ਅੱਜ ਤੱਕ 2002 ਦੇ ਦਾਗ ਗੁਜਰਾਤ ਵਾਲੇ ਨਹੀਂ ਭੁੱਲ ਸਕਦੇ। ਅਤੇ ਅੱਜ ਤੁਸੀਂ ਇੱਕਦਮ ਤਾਂ ਦੱਬਤਾ ਉੱਥੇ, ਲੇਕਿਨ ਜਿੰਨਾ ਇਹਨੂੰ ਦੱਬੋਗੇ ਉੱਨਾ ਉਹ ਵਾਪਸ ਤਕੜੇ ਤਰੀਕੇ ਨਾਲ ਆਊਗਾ। ਠੀਕ ਹੈ, ਅਤੇ ਜੇਕਰ ਗੱਲ ਕਰੀਏ ਜਿਵੇਂ ਹੁਣ ਤੁਸੀਂ ਕਿਹਾ ਵੀ ਇਹ ਸਾਰਾ ਕੁਛ ਲੀਡਰਾਂ ਦੀ ਹੀ ਇੱਕ ਤਰ੍ਹਾਂ ਦੀ ਕਹਿ ਲਈਏ ਵੀ ਦੇਣ ਹੈ, ਫਿਰ ਤੁਸੀਂ ਰਾਜਨੀਤੀ ਕਿਉਂ ਚੁਣੀ? ਕਿਉਂਕਿ ਭਾਅ ਜੀ ਤਾਂ ਹੀ ਰਾਜਨੀਤੀ ਸਾਫ਼ ਹੋਊਗੀ ਜੇ ਸਾਰੇ ਬਹਿ ਜਾਣਗੇ ਘਰਾਂ 'ਚ, ਉਹੀ ਗੱਲ ਆ ਜਾਂਦੀ ਆ। ਬਾਹਰ ਬਹਿ ਕੇ ਗਾਲਾਂ ਕੱਢਣੀਆਂ ਬਹੁਤ ਸੌਖੀਆਂ, ਕਮੈਂਟ ਕਰਨੀਆਂ, ਅੱਜ ਕਈ ਮੈਂ ਲਿਖਦਾ ਕਈ ਕਮੈਂਟ ਕਰਦੇ ਹੁੰਦੇ, ਉਹਨੂੰ ਕਹੋ ਸਰਪੰਚੀ ਲੜੋ, ਪੰਚੀ ਲੜੋ, ਵਾਰਡ ਲੜੋ, ਹਾਰ ਜਾਓਗੇ ਫਿਰ ਕੀ ਹੋਜੂ? ਲੇਕਿਨ ਆ ਕੇ ਜਦੋਂ ਤੱਕ ਤੁਸੀਂ ਲੋਕ ਆਪਣਾ ਘਰਦੇ ਆ, ਸੋਸ਼ਲ ਮੀਡੀਆ 'ਤੇ ਬੜਾ ਸੌਖਾ ਕੰਮ ਆ, ਸੋਸ਼ਲ ਮੀਡੀਆ 'ਤੇ ਬੈਠੇ ਬੈਠੇ ਨੈਸ਼ਨਲਿਜ਼ਮ ਦਾ ਬਹੁਤ ਵੱਡਾ ਵੱਡਾ ਪਾਰਟ ਬਣ ਜਾਂਦਾ। ਫੌਜੀ ਲੜਦਾ ਉਹ ਤੋਂ ਪੁੱਛੋ ਨੈਸ਼ਨਲਿਜ਼ਮ ਦੀ ਕੀ ਹੁੰਦੀ, ਜਿਹੜਾ ਫੌਜ ਵਿੱਚ ਜਿਹੜਾ ਨੌਜਵਾਨ ਆ ਉਹ ਤੋਂ ਪੁੱਛੋ ਵੀ ਕੀ ਕੀਮਤ ਆ। ਤਾਂ ਹੀ ਮੈਂ ਸੋਚਾਂ ਵੀ ਹਾਂ ਮੈਂ ਵੀ ਨੌਕਰੀ ਕਰ ਲੈਂਦਾ ਆਰਾਮ ਨਾਲ ਸੌਖਾ, ਆਪਣਾ ਪੜ੍ਹ ਲਿਖ ਕੇ, ਉਹ ਠੀਕ ਸੀਗਾ। ਮੇਰਾ ਕੋਈ ਰਾਜਨੀਤਿਕ ਪਰਿਵਾਰ ਨਹੀਂ ਆ, ਮੇਰਾ ਕੋਈ ਪਿੱਛੋਂ ਮੈਨੂੰ ਕੋਈ ਬੈਕਿੰਗ ਨਹੀਂ ਆ, ਮੇਰਾ ਕੋਈ ਸਿਰ 'ਤੇ ਕੋਈ ਮਾਈ ਬਾਪ ਨਹੀਂ ਆ। ਲੇਕਿਨ ਮੈਂ ਵੀ ਸੋਚਾਂ ਵੀ ਮੈਂ ਵੀ ਬਹਿ ਜਾਂ, ਮੇਰੇ ਵਰਗੇ ਹੋਰ ਨੌਜਵਾਨ ਜਦ ਤੱਕ ਨਹੀਂ ਅੱਗੇ ਆਉਣਗੇ ਤਾਂ ਇਹ ਸਿਸਟਮ ਐਂ ਹੀ ਰਹਿਣੇ ਆ, ਉਹੀ ਲੀਡਰਾਂ ਦੇ ਮੁੰਡੇ, ਉਹੀ ਅੱਗੇ ਤੋਂ ਅੱਗੇ, ਉਹੀ ਪੀੜ੍ਹੀ ਦਰ ਪੀੜ੍ਹੀ ਉਹੀ ਚੱਲਦਾ ਰਹਿਣਾ। ਸੋ ਠੀਕ ਆ, ਕਈ ਗਲਤੀਆਂ ਵੀ ਹੁੰਦੀਆਂ, ਕਈ ਮੁਸ਼ਕਲਾਂ ਵੀ ਆਉਂਦੀਆਂ, ਕਈ ਪਾਸ ਵੀ ਹੁੰਦੇ, ਕਈ ਫੇਲ ਵੀ ਹੁੰਦੇ, ਲੇਕਿਨ ਫੇਲੀਅਰ ਤੋਂ ਡਰ ਕੇ ਅਗਰ ਆਪਾਂ ਘਰ ਬਹਿ ਜਾਈਏ ਉਹ ਇਹ ਗੱਲ ਠੀਕ ਨਹੀਂ ਆ। ਕੋਸ਼ਿਸ਼ ਕਰਨੀ ਚਾਹੀਦੀ ਆ, ਕੋਸ਼ਿਸ਼ ਕਰਨ ਵਾਲੇ ਦੀ ਕਦੀ ਆਪਣਾ ਉਹਨੂੰ ਨਾਕਾਮਯਾਬੀ ਨਹੀਂ ਮਿਲਦੀ। ਮੈਂ ਕੋਸ਼ਿਸ਼ ਕੀਤੀ, ਮੇਰੇ ਤੋਂ ਬਾਅਦ ਹੋਰ ਵੀ ਕਈ ਕਰਨਗੇ, ਔਰ ਇਹੀ ਸਹੀ ਦੇਸ਼ ਨੂੰ ਦਿਸ਼ਾ ਲੈ ਕੇ ਜਾਊਗੀ। ਗੱਲ ਫੇਲੀਅਰ ਦੀ ਨਹੀਂ ਆ, ਗੱਲ ਟਰਾਈ ਕਰਨ ਦੀ ਆ। ਅੱਜ ਕਮੈਂਟ ਕਰਨ ਵਾਲੇ ਮੇਰੇ ਭਰਾਵਾਂ ਨੂੰ ਵੀ ਬੇਨਤੀ ਆ, ਕਮੈਂਟ ਕਰਨ ਤਾਂ ਸਭ ਤੋਂ ਸੌਖਾ ਕੰਮ ਆ, ਆਓ ਵਿੱਚ ਆਓ ਸੋਸ਼ਲ ਮੀਡੀਆ 'ਤੇ। ਮੈਂ ਇਸ ਕਰਕੇ ਕਮੈਂਟ ਕਹਿ ਰਿਹਾ, ਉਹ ਜਿਹੜੀ ਵੀਡੀਓ ਤੁਸੀਂ ਗੱਲ ਕਰ ਰਹੇ ਸੀ ਮੈਂ ਉੱਥੇ ਵੇਖਿਆ ਸੀ, ਕਈਆਂ ਨੇ ਕਾਫੀ ਕੁਛ ਕਮੈਂਟ ਕੀਤੇ ਸੀ, ਕਈਆਂ ਨੇ ਸਹੀ ਕੀਤੇ, ਕਈਆਂ ਨੇ ਗਲਤ ਕੀਤੇ, ਉਹ ਮਤਲਬ ਕਿਸੇ ਨੂੰ ਮੁੱਦੇ ਦਾ ਵੀ ਨਹੀਂ ਪਤਾ, ਬਸ ਦੇ ਤੇਰੀ ਵੀ ਤੱਬ ਦੋ ਕਿੱਲੀ। ਮੈਂ ਇਹ ਕਹਿੰਦਾ ਸਿਸਟਮ ਬਦਲਣ ਵਾਸਤੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ, ਲੋਕਾਂ ਨੂੰ ਐਜੂਕੇਟ ਕਰਨਾ ਪੈਣਾ, ਲੋਕਾਂ ਨੂੰ ਔਰਗਨਾਈਜ਼ ਕਰਨਾ ਪੈਣਾ, ਔਰ ਫਿਰ ਸੰਘਰਸ਼ ਕਰਨਾ ਪੈਣਾ, ਤਾਂ ਇਹ ਸਿਸਟਮ ਬਦਲੂਗਾ। ਐਵੇਂ ਇਕੱਲੀ ਬਾਤੀ ਮੈਂ ਕਹੀ ਜਾਵਾਂ, ਕਾਂਗਰਸ 'ਚ ਵੀ ਸੰਘਰਸ਼ ਆ, ਸਾਡੇ ਆਪਸੀ ਇੰਟਰਨਲ ਵੀ ਬਹੁਤ ਕੁਛ ਹੁੰਦਾ। ਸੋ ਮੇਰਾ ਸਿਰਫ ਇੰਨਾ ਕਹਿਣ ਦਾ ਮਤਲਬ ਆ, ਇਹ ਇੱਕ ਜ਼ਿੰਦਗੀ ਦਾ ਹਿੱਸਾ ਵਾ, ਸੰਘਰਸ਼ ਆ, ਔਰ ਇਹ ਜਾਰੀ ਰਹੂਗਾ। ਅੱਜ ਸਿਸਟਮ ਇਹ ਠੀਕ ਹੋਊਗਾ, ਕੱਲ੍ਹ ਨੂੰ ਜਿਹੜਾ ਬਣੂਗਾ ਉਹ ਵਿਗੜੂਗਾ, ਫਿਰ ਅਗਲਾ ਵਿਗੜੂਗਾ। ਇਹ ਤਾਂ ਇੱਕ ਜ਼ਿੰਦਗੀ ਦਾ ਕੰਟੀਨਿਊਸ ਪ੍ਰੋਸੈਸ ਆ। ਤੁਸੀਂ ਕਹਿੰਦੇ ਵੀ ਆਓ ਸਰਪੰਚੀ ਲੜੋ, ਇਹ ਕਰੋ, ਰਾਜਨੀਤੀ ਵਿੱਚ ਆਓ, ਜਿਹੜੇ ਕਮੈਂਟ ਕਰਦੇ ਨੇ। ਕਾਂਗਰਸ ਦੇ ਹੀ ਗੱਲ ਕਰ ਲਈਏ, ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਅਕਾਲੀ ਦਲ ਦੀ, ਇੱਕ ਇੱਕ ਜ਼ਿਲ੍ਹੇ ਦੇ ਵਿੱਚ ਆਪੇ ਦਫਾੜ ਹੋਏ ਪਏ ਆ, ਦੋ ਦੋ ਤਿੰਨ ਤਿੰਨ MLA ਲੜਨ ਨੂੰ ਚਾਹੁੰਦੇ ਨੇ। ਤੁਹਾਡੀ ਵੀ ਚਲੋ ਗੱਲ ਕਰੇ ਲੈਂਦੇ, ਤੁਹਾਨੂੰ ਵੀ ਪਤਾ ਹੀ ਆ ਕੀ ਹੋਇਆ ਔਰ ਕੀ ਹੋ ਰਿਹਾ, ਸਾਰਿਆਂ ਨੂੰ ਪਤਾ ਗਰਾਊਂਡ ਲੈਵਲ 'ਤੇ। ਫਿਰ ਅੱਗੇ ਕੌਣ ਆਵੇ, ਕੌਣ ਆਉਣ ਦੇਵੇ? ਇਹ ਚੀਜ਼ਾਂ ਤੋਂ ਪਿੱਛੇ ਥੋੜ੍ਹਾ ਹਟ ਜਾਣਾ ਚਾਹੀਦਾ, ਫਿਰ ਕੀ ਹੁੰਦਾ, ਘਰਾਂ 'ਚ ਪਾੜ ਨਹੀਂ ਪੈਂਦੇ,
ਭਰਾ ਭਰਾ ਨਹੀਂ ਲੜਦੇ, ਜ਼ਮੀਨਾਂ ਨਹੀਂ ਵੰਡੀਆਂ ਜਾਂਦੀਆਂ। ਸੋ ਇਹ ਤਾਂ ਜ਼ਿੰਦਗੀ 'ਚ ਕਿ ਤੁਹਾਡੇ ਦਫ਼ਤਰਾਂ 'ਚ ਤੁਹਾਡੇ ਮੀਡੀਆ 'ਚ ਪਾਠ ਨਹੀਂ ਪੈਂਦਾ, ਤੁਹਾਡੇ ਮੀਡੀਆ 'ਚ ਹਿੱਸੇਦਾਰੀ ਨਹੀਂ ਹੁੰਦੀ, ਇਹ ਤਾਂ ਹਰ ਜਗ੍ਹਾ ਹੀ ਆ। ਤੁਸੀਂ ਜਿੱਥੇ ਵੀ ਜਾਓਗੇ ਇਹਦਾ ਸਿਸਟਮ ਦਾ ਹਿੱਸਾ, ਔਰ ਇਹ ਹੋਣਾ ਹੀ ਹੋਣਾ। ਇਹ ਹੋਣਾ ਨਹੀਂ ਚਾਹੀਦਾ, ਪਰ ਨਹੀਂ ਇਹ 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 ਬਿਲਕੁਲ ਠੀਕ ਆ, ਨਹੀਂ ਹੋਣਾ ਚਾਹੀਦਾ। ਲੇਕਿਨ ਕੌਣ ਉਹ ਸਮਾਜ ਦੇ ਵਿੱਚ, ਜੇ ਸਮਾਜ 'ਚ ਗੰਦੇ ਅੰਸਰ ਆ ਅਤੇ ਚੰਗੇ ਅੰਸਰ ਵੀ ਆ, ਆਪਣੀ ਇਹ ਕੋਸ਼ਿਸ਼ ਹੋਣੀ ਚਾਹੀਦੀ ਵੀ ਚੰਗਾਈ, ਆਪਾਂ ਹਰ ਵਾਰ ਕਹੀਦਾ ਵੀ ਆਪਣਾ ਕੀ ਕਹਿੰਦੇ ਅੱਛਾਈ ਦੀ ਬੁਰਾਈ ਦੇ ਉੱਤੇ ਜਿੱਤ ਹੋਵੇ। ਸੋ ਅੱਛੇ ਬੰਦਿਆਂ ਦੀ ਬੁਰੇ ਬੰਦਿਆਂ ਦੇ ਉੱਤੇ ਜਿੱਤ ਹੋਣੀ ਚਾਹੀਦੀ, ਇਹ ਕੋਸ਼ਿਸ਼ ਹੋਣੀ ਚਾਹੀਦੀ। ਲੇਕਿਨ ਅਗਰ ਤੁਸੀਂ ਕਹੋ ਵੀ ਸਾਰਾ ਕੁਝ ਅੱਛਾ ਅੱਛਾ ਹਰਾ ਰਹਾ ਹੋਰ, ਇਹ ਨਹੀਂ ਹੋਣਾ, ਇਹ ਗਲਤ ਫਹਿਮੀ 'ਚ ਨਾ ਰਹੋ। ਅੱਜ ਵੀ ਲੜਾਈਆਂ ਹੋਣਗੀਆਂ, ਕੱਲ੍ਹ ਵੀ ਹੋਣਗੀਆਂ। ਪਹਿਲਾਂ ਆਪਣਾ ਕੀ ਕਹਿੰਦੇ ਸ਼ੁਰੂ 'ਚ ਤੁਸੀਂ ਵੇਖੋ ਕਿ ਕਿਰਪਾਨਾਂ ਨਾਲ ਹੁੰਦੀਆਂ ਸੀ, ਪਹਿਲਾਂ ਹੱਥਾਂ ਪਾਈ ਹੁੰਦੀ, ਫਿਰ ਕਿਰਪਾਨਾਂ ਹੁੰਦੀਆਂ ਸੀ, ਫਿਰ ਬੰਦੂਕਾਂ ਆ ਗਈਆਂ, ਫਿਰ ਬੰਬ ਆ ਗਏ, ਹੁਣ ਨਿਊਕਲੀਅਰ ਬੰਬ ਆ ਗਏ। ਸੋ ਇਹ ਇਹ ਤਾਂ ਐਵਰ ਇਵੋਲਵਿੰਗ ਸਿਸਟਮ ਆ, ਇਹ ਤਾਂ ਜ਼ਿੰਦਗੀ ਦੀ, ਮੈਨੂੰ ਤਾਂ ਇੰਨੀ ਮੈਨੂੰ ਤਾਂ ਇੰਨਾ ਗਿਆਨ ਵੀ ਨਹੀਂ ਆ, ਲੇਕਿਨ ਤੁਸੀਂ ਜਿਹਦੇ ਤੋਂ ਵੀ ਪੁੱਛੋਗੇ ਇਹ ਇੱਕ ਜ਼ਿੰਦਗੀ ਦਾ ਹਿੱਸਾ ਵਾ, ਔਰ ਇਹ ਐਂ ਹੀ ਚੱਲਣਾ। ਸੋ ਮੇਰੀ ਸਿਰਫ ਤੁਹਾਨੂੰ ਇਹੀ ਬੇਨਤੀ ਆ, ਇਸ ਚੀਜ਼ ਤੋਂ ਪਿੱਛੇ ਥੋੜ੍ਹਾ ਹਟ ਜਾਣਾ ਚਾਹੀਦਾ ਵੀ ਆਪਣਾ ਐਂ ਮਾੜਾ ਹੋ ਜੂ, ਮਾੜਾ ਹੋ ਜੇ ਤਾਂ ਹੋ ਜੇ, ਫਿਰ ਆਪਾਂ ਕਿਸਮਤ ਦੀ ਕਾਹਨੂੰ ਗੱਲ ਕਰੀਏ। ਲੋਕ ਵੀ ਦੁਖੀ ਤਾਂ ਹੈ ਕਿਉਂਕਿ ਲੋਕ ਕਹਿੰਦੇ ਵੀ ਅਸੀਂ ਯਾਰ ਪਿੰਡ, ਤੁਸੀਂ ਕਹਿੰਦੇ ਸਰਪੰਚੀ ਲੜੋ, ਪੰਚੀ ਲੜੋ, ਸਰਪੰਚੀ ਪੰਚ ਨਹੀਂ ਲੜ ਰਹੇ, ਸਰਪੰਚ ਪੰਚ ਲੜ ਰਹੇ ਆ ਆਪਸ 'ਚ। ਉਹ ਕਹਿੰਦਾ ਜੀ ਮੈਂ ਕਾਂਗਰਸੀ, ਉਹ ਕਹਿੰਦਾ ਅਕਾਲੀ, ਪਰ ਉੱਪਰੋਂ ਜਦੋਂ ਦੇਖੀਦਾ ਕੈਪਟਨ ਸਾਹਿਬ ਅਤੇ ਬਾਦਲ ਸਾਹਿਬ ਦੀਆਂ ਤਸਵੀਰਾਂ ਵਾਇਰਲ ਹੋ ਜਾਂਦੀਆਂ ਇਕੱਠੇ ਬੈਠਿਆਂ ਦੀਆਂ, ਲੋਕਾਂ ਨੇ ਥੱਲੇ ਸਿਰ ਪੜਵਾਏ ਹੋਏ ਆ ਜੀ। ਭਾਅ ਜੀ ਜਿਹੜੀ ਉਹ ਵੀਡੀਓ ਵਾਇਰਲ ਦੀ ਗੱਲ ਕਰਦੇ ਸੀ, ਉਹ ਕੈਪਟਨ ਸਾਹਿਬ ਉਹਨਾਂ ਦੇ ਆਪਣਾ ਕਹਿੰਦੇ ਮਿਸਿਸ ਬਾਦਲ ਪੂਰੇ ਹੋਏ ਸੀ, ਉਦੋਂ ਅਫਸੋਸ ਕਰਨ ਗਏ ਸੀ ਕੀ ਕਰੀਏ, ਮਤਲਬ ਲਕੀਰਾਂ ਖਿੱਚਦੀਆਂ ਕੈਪਟਨ ਸਾਹਿਬ ਅਤੇ ਉਹ ਕਿਰਪਾਨਾਂ ਲੈ ਕੇ ਖੜ ਜਾਣ ਆਪਸ 'ਚ, ਕੈਪਟਨ ਇੱਕ ਪਾਸੇ ਬਾਦਲ ਖੜ ਜੇ ਤੋਪਾਂ ਲੈ ਕੇ ਅਤੇ ਇੱਕ ਪਾਸੇ ਅਸੀਂ ਖੜ ਜਾਈਏ ਤੋਪਾਂ ਲੈ ਕੇ, ਮਤਲਬ ਥੱਲੇ ਵੀ ਇਹੀ ਦੋ ਨਾ ਵੀ ਨਾ ਲੜੋ ਮੇਰੀ ਮੁੱਦਿਆਂ ਦੀ ਕਰੋ। ਭਾਅ ਜੀ ਅਸੀਂ ਇਹੀ ਕਹਿੰਦੇ ਹਾਂ ਸੋਸ਼ਲ ਸੱਭਿਆਚਾਰ ਆ, ਇੱਕ ਸੱਭਿਆਚਾਰਕ ਗੱਲ ਆ। ਮੈਂ ਉਹੀ ਕਹਿੰਦਾ ਨਾ ਤੁਸੀਂ ਇੱਕ ਪਿਕਚਰ ਵਿੱਚ ਸਾਰਿਆਂ ਨੂੰ ਪੇਂਟ ਨਾ ਕਰ ਦਿਉ ਵੀ ਜੇ ਕਿਤੇ ਲੜਾਈ ਹੋਈ ਆ ਤਾਂ ਮਤਲਬ ਇਹ ਨਹੀਂ ਸਾਰੇ, ਕਈ ਜਗ੍ਹਾ ਸਰਪੰਚ ਆਪਣਾ ਕੰਮ ਇਹ ਹੋਣਾ ਚਾਹੀਦਾ ਚੰਗੇ ਕੰਮਾਂ ਨੂੰ ਹਾਈਲਾਈਟ ਕਰੀਏ, ਮਾੜੇ ਕੰਮਾਂ ਨੂੰ ਦਿਖਾ ਕੇ ਇਹਨਾਂ ਦਾ ਨੁਕਸਾਨ ਕੀ ਹੁੰਦਾ ਉਹ ਦੱਸੀਏ। ਸੋ ਅਗਰ ਤੁਸੀਂ ਇਹ ਕਹੋ ਵੀ ਹਾਂ ਕੈਪਟਨ ਸਾਹਿਬ, ਕੈਪਟਨ ਸਾਹਿਬ ਨੇ ਅਗਰ ਉਹਨਾਂ ਦੇ ਘਰੇ ਗਏ ਆ ਅਤੇ ਆਪਣੇ ਪਿੰਡਾਂ 'ਚ ਵੀ ਸਰਪੰਚ ਲੜਦੇ ਆ ਆਪਸ 'ਚ ਇੱਕ ਦੂਜੇ ਦੇ ਨਾਲ, ਪ੍ਰੇਮ ਪਿਆਰ ਰਹਿੰਦਾ, ਕਿਤੇ ਵਿਗੜਦੀਆਂ ਕਿਤੇ ਬਣਦੀਆਂ ਕਿਤੇ ਝਗੜਦੇ ਆ ਕਿਤੇ ਲੜਦੇ, ਇਹ ਸਭ ਜ਼ਿੰਦਗੀ ਦਾ ਇੱਕ ਹਿੱਸਾ ਔਰ ਇਹ ਚੱਲਦਾ ਹੀ ਰਹਿਣਾ। ਲੇਕਿਨ ਹਾਂ ਨਹੀਂ ਹੋਣਾ ਚਾਹੀਦਾ, ਕਦੋਂ ਕਿਵੇਂ ਨਹੀਂ ਹੋਣਾ ਚਾਹੀਦਾ, ਉਦੋਂ ਹੀ ਹੋਊਗਾ ਜਦੋਂ ਤੱਕ ਐਜੂਕੇਸ਼ਨ, ਸਭ ਤੋਂ ਜ਼ਰੂਰੀ ਐਜੂਕੇਸ਼ਨ, ਜਦ ਤੱਕ ਆਪਾਂ ਪੜ੍ਹੇ ਲਿਖੇ, ਲੀਡਰ ਕੌਣ ਚੁਣਦਾ, ਲੋਕ ਚੁਣਦੇ, ਫਿਰ ਉਹੀ ਲੀਡਰ ਨੂੰ ਗਾਲਾਂ ਕੱਢਦੇ ਜਿਨ੍ਹਾਂ ਨੇ ਵੋਟਾਂ ਪਾਈਆਂ, ਉਹੀ ਪਹਿਲਾਂ ਵੋਟਾਂ ਸੋਚ ਸਮਝ ਕੇ ਪਾ ਲਓ। ਤੁਸੀਂ ਅਗਰ ਕਿਸੇ ਨੂੰ ਬਾਅਦ ਵਿੱਚ ਗਾਲਾਂ ਕੱਢਣ ਤੋਂ ਪਹਿਲਾਂ ਉਹਦੇ ਨਾਲ, ਉਦੋਂ ਤਾਂ ਆਪਾਂ ਕਹੀਦਾ ਵੀ ਨਹੀਂ ਨਹੀਂ ਠੀਕ ਆ, ਉਦੋਂ ਉਹਨੂੰ ਬਿਠਾ, ਉਦੋਂ ਉਹਨੂੰ ਬਿਠਾਓ, ਉਦੋਂ ਉਹਨੂੰ ਪੁੱਛੋ ਹਾਂ ਵੀ ਗੱਲਾਂ ਦੱਸੋ ਤੁਹਾਡੀ ਸੋਚ ਕੀ ਆ। ਜਦ ਤੱਕ ਆਪਾਂ ਕਿਰਦਾਰ, ਕਰੈਕਟਰ, ਐਜੂਕੇਸ਼ਨ, ਕੁਆਲੀਫਿਕੇਸ਼ਨ, ਆਪਾਂ ਇਹ ਇੱਕ ਬੰਦੇ ਦੀ ਸੋਚ ਨਹੀਂ ਸਮਝਾਂਗੇ। ਉਦੋਂ ਤਾਂ ਆਪਾਂ ਜਦੋਂ ਸਪੀਚ ਦੇਣ ਆਉਂਦਾ ਹੁੰਦਾ ਉਦੋਂ ਆਪਾਂ ਇਕੱਠ 'ਚ, ਉਦੋਂ ਆਪਾਂ ਸੋਚੀਦਾ ਵੀ ਅਕਾਲੀ ਦਲ ਦਾ ਇਕੱਠ ਆਪਾਂ ਜਾਣਾ ਨਹੀਂ, ਕਿਉਂ ਨਹੀਂ ਜਾਣਾ, ਅਕਾਲੀ ਦਲ ਦੇ ਇਕੱਠ ਜਾਓ, ਕਾਂਗਰਸ ਦੇ ਇਕੱਠ ਜਾਓ, ਲੀਡਰਾਂ ਨੂੰ ਓਪਨ ਹਾਊਸ ਕਰਾਓ, ਡਿਬੇਟਾਂ ਹੋਣ, ਗੱਲਾਂ ਬਾਤਾਂ ਹੋਣ, ਉਹਦਾ ਉਹਦਾ ਕਿਰਦਾਰ, ਉਹਦੇ ਐਕਸ਼ਨ ਵੇਖੇ ਜਾਣ, ਉਹਦਾ ਪੁਰਾਣਾ ਪਿਛੋਕੜ ਵੇਖਿਆ ਜਾਵੇ, ਤਾਂ ਹੀ ਉਹ ਗੱਲ ਹੁੰਦੀ ਆ। ਔਰ ਇਹਦੇ ਵਾਸਤੇ ਪੋਲੀਟੀਸ਼ੀਅਨਸ ਵਾਸਤੇ ਤਾਂ ਕੋਈ ਡਿਗਰੀ ਵੀ ਨਹੀਂ ਚਾਹੀਦੀ। ਢਿੱਲੋਂ ਇਹ ਗੱਲਾਂ ਕੈਮਰੇ 'ਤੇ ਨਹੀਂ ਕਰ ਰਹੇ ਸਿਰਫ, ਮੈਂ ਤਾਂ ਭਾਅ ਜੀ ਸਟੂਡੈਂਟ ਰਾਜਨੀਤੀ 'ਚੋਂ ਨਿਕਲਿਆ, ਮੈਂ ਤਾਂ ਸਟੂਡੈਂਟ ਰਾਜਨੀਤੀ ਦੇ ਵਿੱਚ ਅਸੀਂ ਮੁੱਦਿਆਂ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰੀ ਦੀ ਸੀ। ਮੈਂ ਮੇਰੇ ਅੰਦਰ ਵੀ ਭਾਅ ਜੀ 20 ਫਲੋ ਹੋਣਗੇ, ਮੈਂ ਵੀ 20 ਗੱਲਾਂ ਗਲਤ ਕਰੂੰਗਾ। ਮੈਂ ਕਿਹੜਾ ਕਹਿੰਦਾ ਮੈਂ ਸੋਰਾ ਕਰਨ ਸੰਪੂਰਨ ਹਾਂ ਵੀ, ਮੈਂ ਕਿਹੜਾ ਕਹਿੰਦਾ ਵੀ ਮੈਂ, ਲੇਕਿਨ ਸਾਡੀ ਕੋਸ਼ਿਸ਼ ਆ, ਸਾਡੀ ਸੋਚ ਆ ਇਸ ਚੀਜ਼ ਨੂੰ। ਮੈਂ ਇਕੱਲਾ ਬਦਲ ਨਹੀਂ ਸਕਦਾ, ਇਕੱਲਾ ਕੌਣ ਬਦਲ ਲੂਗਾ, ਮੈਂ ਮੋਦੀ ਵਰਗੇ ਕਹਿੰਦੇ ਇਕੱਲਾ ਦੇਸ਼ ਚਲਾ ਲੈਂਦਾ, ਇਹ ਇਕੱਲੇ ਕੁੱਲੇ ਵਾਲਾ ਸਿਸਟਮ ਨਹੀਂ ਹੈਗਾ। ਇਹ ਤਾਂ ਇੱਕ ਥੱਲੋਂ ਇਕੱਠੇ ਹੋ ਕੇ ਲੋਕਾਂ ਨੂੰ, ਜਦ ਤੱਕ ਲੋਕਾਂ ਦੀ ਮੂਵਮੈਂਟ ਨਹੀਂ ਬਣੂਗੀ ਨਾ, ਜਦ ਤੱਕ ਇਹ ਪੋਲੀਟੀਸ਼ੀਅਨ ਪੋਲੀਟਿਕਸ ਵਿੱਚ ਲੋਕ ਆਪਣੀ ਹਿੱਸੇਦਾਰੀ ਨਹੀਂ ਪਾਉਣਗੇ, ਜਦ ਤੱਕ ਆਪਾਂ ਆਪਣੇ ਪਰਸਨਲ ਬੈਨੀਫਿਟ ਛੱਡਾਂਗੇ। ਅੱਜ ਅਸੀਂ ਲੋਕਾਂ ਦੇ ਇੱਥੇ ਅਕਸਰ ਇਹ ਵੇਖਿਆ ਜਾਂਦਾ, ਅਗਲਾ ਕਹਿੰਦਾ ਮੇਰੇ ਮੁੰਡੇ ਨੂੰ ਭਾਈ ਨੌਕਰੀ ਲਵਾ ਦੇ, ਨੌਕਰੀ ਦੇ ਵਿੱਚ ਫਿਰ ਉਦੋਂ ਨਾ ਉਹ ਮੈਰਿਟ ਵੇਖਦਾ,
ਉਹ ਕਹਿੰਦਾ ਮੇਰੇ ਮੁੰਡੇ ਨੂੰ ਲਵਾਓ ਭਾਈ ਨੌਕਰੀ, ਸਾਨੂੰ ਤਾਂ ਇਹ ਚਾਹੀਦਾ, ਮੈਂ ਵੋਟ ਪਾਈ ਆ। ਹੁਣ ਤੁਸੀਂ ਦੱਸੋ ਅਗਰ ਸਹੀ ਮੈਨੇ 'ਚ ਵੇਖੋ, ਇਹਦਾ ਮਤਲਬ ਇੱਕ ਜਿਹਦਾ ਇੱਕ ਸਹੀ ਮੈਰਿਟ ਹੈਗਾ ਉਹਨੂੰ ਕੱਟ ਕੇ ਆਪਾਂ ਕਹਿੰਦੇ, ਉਦੋਂ ਜਦੋਂ ਤੱਕ ਵੋਟਰ ਅਵੇਅਰ ਨਹੀਂ ਹੋਊਗਾ ਨਾ, ਜਿਹੋ ਜਿਹਾ ਵੋਟਰ ਹੋਊਗਾ ਲੀਡਰ ਉਹ ਜਾਊਗਾ। ਪੋਲੀਟੀਸ਼ੀਅਨ ਇਜ਼ ਅ ਲੀਡਰ ਇਜ਼ ਅ ਰਿਫਲੈਕਸ਼ਨ ਆਫ ਦੀ ਸੋਸਾਇਟੀ। ਮੇਰੇ ਮੁੰਡੇ ਨੂੰ ਨੌਕਰੀ ਵਾਲੀ ਗੱਲ ਤੁਸੀਂ ਕਰੀ ਹੈ, ਹਰੇਕ ਦੇ ਮੁੰਡੇ ਨੂੰ ਨੌਕਰੀ ਕਿਉਂ ਨਹੀਂ? ਮੈਂ ਤਾਂ ਉਹੀ ਕਹਿੰਦਾ ਨਾ ਵੀ ਜਦ ਤੱਕ ਹਰ ਕੋਈ ਇਹ ਕਹੇ ਵੀ ਭਾਈ ਮੈਰਿਟ ਦੇ ਉੱਤੇ ਨੌਕਰੀਆਂ ਲੱਗਣ, ਜਦ ਤੱਕ ਲੋਕਾਂ ਦੀ ਇਹ ਸੋਚ ਨਹੀਂ ਆਊਗੀ ਨਾ ਵੀ ਮੈਰਿਟ, ਔਰ ਜਦ ਤੱਕ ਸਰਕਾਰਾਂ ਮੈਰਿਟ ਤੱਕ ਨਹੀਂ ਆਉਣਗੀਆਂ ਤਾਂ ਹੀ ਮੈਰਿਟ ਬਹੁਤ ਜ਼ਰੂਰੀ ਆ। ਤਾਂ ਹੀ ਜਦ ਤੱਕ ਮੈਰਿਟ ਦੀ ਗੱਲ ਨਹੀਂ ਆਊਗੀ ਨਾ ਵੀ ਇੱਕ ਮੈਰਿਟ ਦੇ ਉੱਤੇ ਲੀਡਰ ਵੀ ਚੁਣੇ ਜਾਣ, ਮੈਰਿਟ ਦੇ ਉੱਤੇ ਨੌਕਰੀਆਂ ਆਉਣ, ਮੈਰਿਟ ਦੇ ਉੱਤੇ ਸਾਰਾ ਸਿਸਟਮ ਹੋਵੇ। ਆਪਾਂ ਇਹ ਕਹਿ ਦੇਈਦਾ ਵੀ ਮੈਨੂੰ ਅਕਾਲੀ ਦਲ ਨੇ ਨੌਕਰੀ ਦੇ ਦਿੱਤੀ, ਨਾ ਉਹ ਸਰਕਾਰਾਂ ਨੇ ਨੌਕਰੀਆਂ ਦਿੱਤੀਆਂ। ਅਗਰ ਅਸੀਂ ਅੱਜ ਅਸੀਂ ਕੱਲ੍ਹ ਨੂੰ ਇਹ ਕਹੀਏ ਵੀ ਅਸੀਂ ਕਾਂਗਰਸ ਨੇ ਨੌਕਰੀਆਂ ਦੇ ਦਿੱਤੀਆਂ, ਉਹ ਸਰਕਾਰ ਨੇ ਨੌਕਰੀ ਦਿੱਤੀ, ਤੁਸੀਂ ਸਾਡੀ ਸੋਚ ਵੇਖੋ। ਅਗਰ ਅਸੀਂ ਪਿੱਕ ਐਂਡ ਚੂਜ਼ ਕਰੀਏ, ਅਸੀਂ ਕਹੀਏ ਇਹਨੂੰ ਦੇਣੀ ਆ ਇਹਨੂੰ ਨਹੀਂ ਦੇਣੀ, ਫਿਰ ਤਾਂ ਅਸੀਂ ਗਲਤ ਹੈ। ਇੱਕ ਮੈਰਿਟ ਸਿਸਟਮ ਬਣਾਉਂਦੇ ਆ ਸਰਕਾਰ, ਕੈਪਟਨ ਸਾਹਿਬ ਦੀ, ਤਾਂ ਹੀ ਅਸੀਂ ਉਹਨਾਂ ਨੂੰ ਲੀਡਰ ਮੰਨਦੇ ਹੋ। ਇੱਕ ਮੈਰਿਟ ਬੇਸ ਸਿਸਟਮ ਬਣਾਉਂਦੇ ਆ, ਉਹਨਾਂ ਵਾਸਤੇ ਆਪਣਾ ਮੁੰਡਾ ਵੀ ਆਵੇ, ਉਹਨਾਂ ਵਾਸਤੇ ਬਾਕੀ ਵੀ ਆਵੇ। ਫਿਰ ਹਰ ਵੋਟਾਂ ਵੇਲੇ ਫਿਰ ਪਿਛਲੀਆਂ ਨੌਕਰੀਆਂ ਕਿਉਂ ਗਣਾਉਂਦੀਆਂ ਫਿਰ ਵੀ ਕਾਂਗਰਸ ਨੇ ਦੇ ਦਿੱਤੀਆਂ ਜੀ? ਨਹੀਂ ਤਾਂ ਭਾਅ ਜੀ ਗਣਾਈਦੀਆਂ ਉਹ ਤਾਂ ਉਹ ਇਹ ਤਾਂ ਅਸੀਂ ਕਹਿਣਾ ਤਾਂ ਹੈ ਨਾ, ਅਸੀਂ ਇਹ ਤਾਂ ਕਹਾਂਗੇ ਹੀ ਨਾ ਵੀ ਆਪਣਾ ਕੀ ਕਹਿੰਦੇ ਵੀ ਅਸੀਂ ਨੌਕਰੀ ਦਿੱਤੀ ਆ। ਅਗਰ ਅਸੀਂ ਇਹ ਵੀ ਨਾ ਕਹੀਏ, ਹੁਣ ਤੁਸੀਂ ਤਾਂ ਕਹਿੰਦੇ ਦੋ ਤੇ ਕਹੋ ਵੀ ਨਾ। ਹੁਣ ਮੇਰਾ ਸਿਰਫ ਇਹ ਕਹਿ ਰਿਹਾ ਵੀ ਮੇਰਾ ਸਰਕਾਰ ਨੇ ਦਿੱਤੀ ਹੈ, ਨਹੀਂ ਮੇਰਾ ਸਰਕਾਰ ਦਾ ਇਹ ਮਤਲਬ ਆ ਜਦ ਤੱਕ ਮੈਰਿਟ ਦੇ ਉੱਤੇ ਨੌਕਰੀਆਂ ਆਉਣਗੀਆਂ, ਜਦੋਂ ਮੈਰਿਟ ਬੇਸ ਸਿਸਟਮ ਰਹੂਗਾ, ਲੋਕਾਂ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਨੌਕਰੀ ਮਿਲੇ ਨਾ ਮਿਲੇ ਮੈਰਿਟ ਬੇਸ ਸਿਸਟਮ ਲੈ ਕੇ ਆਉਣ। ਜਦੋਂ ਮੈਰਿਟ ਬੇਸ ਸਿਸਟਮ ਆਉਣਗੇ ਉਦੋਂ ਫਿਰ ਐਂ ਨਹੀਂ ਹੋਣਾ ਚਾਹੀਦਾ ਵੀ ਦੇਖੋ ਇਹ ਅੱਜ ਮੈਂ ਕਹਾਂ ਇਹ ਚੀਜ਼ਾਂ ਪੋਸੀਬਲ ਬਹੁਤ ਔਖੀਆਂ। ਲੋਕ ਵਰਕਰ ਜਿਹਨੇ ਕੰਮ ਕੀਤਾ, ਅਗਲਾ ਤਾਂ ਕਹਿੰਦਾ ਮੈਂ ਪਾਰਟੀ ਨੂੰ ਖੂਨ ਪਸੀਨਾ ਦਿੱਤਾ। ਹੁਣ ਸਾਨੂੰ ਵੀ ਆਪਾਂ ਨੂੰ ਇਹ ਸੋਚਣਾ ਚਾਹੀਦਾ ਵੀ ਵਰਕਰ ਨੂੰ ਔਰ ਲੀਡਰ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਮੈਂ ਓਵਰਆਲ ਜਿਹੜਾ ਇੱਕ MLA ਬਣ ਜਾਂਦਾ ਜਾਂ ਜਿਹੜਾ ਚੀਫ ਮਿਨਿਸਟਰ ਬਣ ਜਾਂਦਾ ਉਹ ਫਿਰ ਸਾਂਝਾ ਸਭ ਦਾ ਹੋ ਜਾਂਦਾ, ਫਿਰ ਇੱਕ ਪੱਖੀ ਰਹਿ ਕੇ ਵਿਕਾਸ ਨਹੀਂ ਕਰ ਸਕਦੇ। ਔਰ ਅਕਾਲੀ ਦਲ ਨੇ ਇਹੀ ਗੱਲਾਂ ਕੀਤੀਆਂ, ਉਹਨਾਂ ਨੇ ਸਿਰਫ ਆਪਣੇ ਮੁੰਡਿਆਂ ਨੂੰ ਚੁਣਿਆ। ਉਹ ਅੱਜ ਲੋਕਾਂ ਨੂੰ ਇਹ ਤਾਰੀਫ ਕਰਨੀ ਚਾਹੀਦੀ, ਮੈਂ ਚਲੋ ਕਹਿ ਦਿੰਦੇ ਆ ਭਾਵੇਂ ਸਾਡਾ ਵਰਕਰ ਜ਼ਰੂਰ ਦੁਖੀ ਹੁੰਦਾ ਇਸ ਗੱਲ ਨਾਲ, ਲੇਕਿਨ ਕੈਪਟਨ ਸਾਹਿਬ ਨੇ ਲੋਅ ਐਂਡ ਆਰਡਰ ਬਰਾਬਰ ਕੀਤਾ, ਉਹਨਾਂ ਨੇ ਰੂਲ ਆਫ ਲਾਅ ਇਸਟੈਬਲਿਸ਼ ਕੀਤਾ। ਪਹਿਲਾਂ ਜੰਗਲ ਰਾਜ ਸੀ, ਅੱਜ ਦੇ ਸਮੇਂ 'ਚ ਰੂਲ ਆਫ ਲਾਅ ਲੈ ਕੇ ਆਉਣਾ ਹੀ ਬੜੀ ਵੱਡੀ ਗੱਲ ਆ। ਸੋ ਇਹ ਚੀਜ਼ਾਂ ਨੂੰ ਉਹਦੇ ਵਿੱਚ ਮੈਰਿਟ ਬੇਸ ਸਿਸਟਮ ਲੈ ਕੇ ਆਉਣਾ ਚਾਹੀਦਾ, ਉਹਦੇ ਵਿੱਚ ਹਰ ਚੀਜ਼ ਹੁੰਦੀ ਆ। ਅੱਜ ਠੀਕ ਆ, ਅੱਜ ਤੁਸੀਂ ਵੀ ਇਹ ਸਵਾਲ ਚੁੱਕਦੇ, ਹਰ ਕੋਈ ਚੁੱਕਦਾ, ਹਰ ਕੋਈ ਕਹਿੰਦਾ ਨੌਕਰੀ ਦੇ ਦਿਉ, ਨੌਕਰੀ ਤਾਂ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਮਿਲਣੀ, ਕੁਆਲੀਫਿਕੇਸ਼ਨ ਜਿੰਨੀ ਹੋਊਗੀ ਉਹਦੇ ਹਿਸਾਬ ਨਾਲ ਤਨਖਾਹ ਹੋਣੀ, ਇਕਨੋਮੀ ਦੇ ਹਿਸਾਬ ਨਾਲ 20 ਚੀਜ਼ਾਂ ਫੈਕਟਰਸ ਆ, ਲੇਕਿਨ ਲੋਕ ਇੱਕਦਮ ਕਹਿ ਦਿੰਦੇ ਨੌਕਰੀ ਦੇ ਦਿਉ। ਠੀਕ ਆ, ਨੌਕਰੀ ਬਿਲਕੁਲ ਦੇ ਦਿਉ, ਮੈਂ ਵੀ ਕਹਿੰਦਾ ਨੌਕਰੀ ਦੇ ਦਿਉ, ਲੇਕਿਨ ਉਹਦੇ ਵਾਸਤੇ ਸਿਸਟਮ ਬਣਾਉਣੇ ਪੈਣੇ, 20 ਚੀਜ਼ਾਂ ਤਨਖਾਹਾਂ ਦੇਣੀਆਂ ਪੈਣੀਆਂ, ਬਿਜ਼ਨਸ ਹਾਊਸਿਸ ਲੈ ਕੇ ਆਉਣੇ ਪੈਣੇ। ਸੋ ਜਿਵੇਂ ਇੱਥੇ ਪੰਜਾਬ ਦੇ ਵਿੱਚ ਐਗਰੋ ਬੇਸਡ ਇੰਡਸਟਰੀ ਕੈਪਟਨ ਸਾਹਿਬ ਲੈ ਕੇ ਆਉਣਾ ਚਾਹੁੰਦੇ, ਔਰ ਉਹੀ ਇੱਕ ਸਲਿਊਸ਼ਨ ਆ। ਸੋ ਕਈ ਸਲਿਊਸ਼ਨ ਸਰਕਾਰ ਲੱਗੀ ਹੋਈ ਆ, ਕਈ ਚੀਜ਼ਾਂ 'ਚ ਅਸੀਂ ਲੱਗੇ ਹੋਏ ਹਾਂ, ਔਰ ਇਹ ਚੀਜ਼ਾਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਦਿਖਣਗੀਆਂ। ਦਿਖਣਗੀਆਂ। ਲਾਸਟ ਸਵਾਲ, ਰੂਪਨਗਰ ਹਲਕੇ ਦੇ ਵਿੱਚ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਸੀਗੇ, ਸਮਾਜ ਸੇਵੀ ਲੋਕਾਂ ਨੇ ਜਾਂ ਆਮ ਲੋਕਾਂ ਨੇ ਉਹਨਾਂ ਦੇ ਵਾਸ਼ਣ ਨਾਲ ਚਾਰੇ ਨਾਲ ਘਰ ਭਰਤੇ, ਹੁਣ ਸਰਕਾਰ ਕੀ ਕਰੇਗੀ ਉਹਨਾਂ ਦੇ ਲਈ? ਔਰ ਰਾਸ਼ਨ ਵਗੈਰਾ ਆਮ ਲੋਕਾਂ ਨੇ ਹੀ ਦਿੱਤਾ, ਕਿਉਂਕਿ ਲੋਕਾਂ ਦਾ ਇਹੀ ਕਹਿਣਾ ਵੀ ਸਾਡੇ ਕੋਲ ਪ੍ਰਸ਼ਾਸਨ ਨੇ ਸੁੱਕਾ ਰਾਸ਼ਨ ਨਹੀਂ ਦਿੱਤਾ, ਕਿਸੇ ਦੇ ਮਦਦ ਦੇ ਨਾਲ ਦਿੱਤਾ ਹੋਊਗਾ ਤਾਂ ਵੱਖਰੀ ਗੱਲ ਹੈ ਜੀ, ਪਰ ਉਹ ਕਹਿੰਦੇ ਡਾਇਰੈਕਟ ਤੌਰ 'ਤੇ ਨਹੀਂ ਆਇਆ, ਪੈਸੇ ਜ਼ਰੂਰ ਸਰਕਾਰ ਦੇ ਵੱਲੋਂ ਆਇਆ ਜੀ ਉਹਨਾਂ ਦੇ ਅਕਾਊਂਟਸ ਦੇ ਵਿੱਚ। ਅਤੇ ਹੁਣ ਮਤਲਬ ਕਿ ਸਰਕਾਰ ਔਰ ਇੱਕ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਕੀ ਕਰ ਰਹੇ ਹੋ? ਦੇਖੋ, ਸਾਡੀ ਇਹ ਕੋਸ਼ਿਸ਼ ਆ ਜਿਹੜੀ ਚੀਜ਼ਾਂ ਨਹੀਂ ਪਹੁੰਚ ਸਕੀਆਂ ਸੀ ਉਹ ਪਹੁੰਚਾਉਣੀਆਂ। ਅਗਰ ਰਾਸ਼ਨ ਦੀ ਸਾਨੂੰ ਕਮੀ ਲੱਗਦੀ ਅਸੀਂ ਰਾਸ਼ਨ ਪਹੁੰਚਾਉਂਦੇ, ਕਿਉਂਕਿ ਲੋਕਾਂ ਦਾ ਇੱਕ ਹੜ੍ਹ ਵੀ ਆਇਆ, ਲੋਕਾਂ ਦਾ ਵੀ ਹੜ੍ਹ ਆਇਆ, ਸਮਾਜ ਸੇਵੀਆਂ ਦਾ ਵੀ ਹੜ੍ਹ ਆਇਆ, ਸਮਾਜ ਯੂਥ ਕਲੱਬਾਂ ਦਾ ਵੀ ਹੜ੍ਹ ਆਇਆ, ਬਹੁਤ ਮਿਹਨਤ ਕੀਤੀ ਸਾਰਿਆਂ ਨੇ, ਔਰ ਇਹਦੇ ਕਰਕੇ ਹੀ ਅੱਜ ਰੋਪੜ ਜਿਹੜਾ ਵਾ ਤੁਸੀਂ ਵੇਖੋਗੇ ਤਕਰੀਬਨ ਅਸੀਂ 90% ਬੈਕ ਟੂ ਨੋਰਮਲ ਆ ਚੁੱਕਾ।
ਜਿਹੜੀ ਕਮੀਆਂ ਪੇਸ਼ੀਆਂ ਆਉਣ ਵਾਲੇ ਸਮੇਂ 'ਚੋਂ ਵੀ ਰੱਬ ਇੰਨਾ ਕੁ ਸੁੱਖ ਰੱਖੇ, ਮੋਦੀ ਸਾਹਿਬ ਸਾਨੂੰ ਪੈਸੇ ਦੇ ਦੇਣ, ਸਾਡਾ ਕਾਫੀ ਨੁਕਸਾਨ ਹੋਇਆ ਉਹ ਸਾਡਾ ਨੁਕਸਾਨ ਪੂਰਾ ਹੋ ਜਾਵੇ। ਸੋ ਰਹੀ ਗੱਲ ਸਰਕਾਰ ਨੇ ਜਿਹੜੀਆਂ ਚੀਜ਼ਾਂ ਦੀ ਕਮੀ ਪੇਸ਼ੀ ਸੀ ਉਹ ਦਿੱਤੀ ਆ ਔਰ ਅੱਗੇ ਵੀ ਦਊਗੀ। ਸੋ ਅਗਰ ਉਹਦੇ ਵਿੱਚ ਰਾਸ਼ਨ ਦੀ ਕਮੀ ਹੁੰਦੀ ਸੀ ਰਾਸ਼ਨ ਵੀ ਦਿੰਦੇ, ਲੇਕਿਨ ਲੋਕਾਂ ਨੇ ਇੱਕਦਮ ਸਾਨੂੰ ਰਾਸ਼ਨ ਕਾਫੀ ਸਾਰਾ ਲੋਕਾਂ ਨੇ, ਅਸੀਂ ਵੀ ਪ੍ਰੋਵਾਈਡ ਕੀਤਾ, ਗੁਰਦੁਆਰਾ ਸਾਹਿਬਾਂ ਤੋਂ ਵੀ ਬਹੁਤ ਰਾਸ਼ਨ ਆਇਆ, ਲੋਕਾਂ ਤੋਂ ਵੱਲੋਂ ਵੀ ਆਇਆ, ਸੰਸਥਾਵਾਂ ਨੇ ਵੀ ਦਿੱਤਾ। ਸੋ ਉਹਦੇ ਵਿੱਚ ਕਮੀ ਨਹੀਂ ਸੀ, ਸੋ ਇਸ ਕਰਕੇ ਸਰਕਾਰ ਨੂੰ ਉਹਦੀ ਲੋੜ ਮੁਸੀਬਤ ਨਹੀਂ ਮਹਿਸੂਸ ਨਹੀਂ ਹੋਈ ਔਰ ਸਰਕਾਰ ਨੇ ਜਿੱਥੇ ਬਣਦਾ ਸੀਗਾ ਉੱਥੇ ਲੰਗਰ ਲਾਏ। ਸਰਕਾਰ ਨੇ ਰਾਸ਼ਨ ਤਾਂ ਲੋਕਾਂ ਨੂੰ ਵੈਸੇ ਦਿੱਤਾ, ਸਰਕਾਰ ਨੇ ਆਪਣੇ ਲੰਗਰ ਲਾਏ। ਤੁਸੀਂ ਵੇਖੋਗੇ ਇੱਥੇ ਸਦਾ ਇੱਥੇ ਹਵੇਲੀ ਪਿੰਡ ਦੇ ਕੋਲ ਸਾਡਾ ਪੱਕਾ ਲੰਗਰ ਲੱਗਾ ਹੋਇਆ ਸੀਗਾ ਪ੍ਰਸ਼ਾਸਨ ਵੱਲੋਂ, ਜਿਹਨੂੰ ਵੀ ਰੋਟੀ ਨਹੀਂ ਮਿਲਦੀ ਸੀ ਉੱਥੇ ਰੋਟੀ ਦਾ ਪ੍ਰਬੰਧ ਸੀਗਾ। ਹਰ ਪਿੰਡ ਦੇ ਵਿੱਚ ਉਸੇ ਤਰੀਕੇ ਨਾਲ ਮੈਡੀਕਲ ਕੈਂਪ ਲਾਏ ਹੋਏ ਆ, ਅੱਜ ਵੀ ਔਰ ਅੱਗੇ ਆਉਣ ਵਾਲੇ 10-20 ਦਿਨ ਇਹ ਵੀ ਲੱਗਣਗੇ ਤਾਂ ਕਿ ਕੋਈ ਬਿਮਾਰੀ ਤੁਹਾਡਾ ਹੀ ਸੀ, ਕਿਉਂਕਿ ਕਈ ਲੀਡਰਾਂ ਨੇ ਮੇਰੇ ਤੱਕ ਜਿਹੜੀ ਖਬਰ ਆਈ ਹੈ, ਫੋਨ ਆਇਆ ਮੈਨੂੰ, ਇੱਕ ਟਰਾਲੀ ਭੇਜੀ ਸੀ ਜੀ, ਉਹ ਕਹਿੰਦੇ ਜੀ ਅਕਾਲੀ ਨੇ ਆਪਣੇ ਦਫ਼ਤਰ ਮੂਹਰੇ ਲਵਾ ਲਈ ਜੀ, ਇਸ ਕਰਕੇ ਸਰਕਾਰ ਦਾ ਹੀ ਸੀਗੀ। ਅਕਾਲੀ ਦਲ ਦਾ ਤਾਂ ਛੱਡ ਦਿਓ, ਬੇੜਾ ਗਰਗ ਕੀਤਾ ਇਹਨਾਂ ਨੇ, ਪਹਿਲਾਂ ਇਹਨਾਂ ਨੇ ਗੁਰਦੁਆਰਿਆਂ ਦਾ ਜੋ ਅੱਜ ਇਹਨਾਂ ਨੇ ਹਾਲਾਤ ਸਿੱਖ ਧਰਮ ਦੇ ਕਰਤੇ, ਇਹ ਸਾਨੂੰ ਤਾਂ ਬੜੀ ਵਾਰ ਕਈ ਗੱਲਾਂ ਕਰ ਦਿੰਦੇ ਆ, ਅੱਜ ਗੁਰਦੁਆਰਿਆਂ 'ਤੇ ਇਹਨਾਂ ਦੇ ਕਬਜ਼ੇ ਆ, ਗੋਲਕਾਂ 'ਚ ਇਹਨਾਂ ਦੇ ਕਬਜ਼ੇ ਆ, ਗੋਲਕਾਂ ਤੱਕ ਖਾ ਗਏ ਇਹ ਲੰਗਰ ਜਿਹੜਾ ਆਪਣਾ ਵਰਤਾਉਂਦੇ ਆਪਣੇ ਪੋਲੀਟੀਕਲ ਰੈਲੀਆਂ 'ਚ। ਤੁਸੀਂ ਵੇਖੋ ਕਿਸ ਤਰੀਕੇ ਨਾਲ ਇਹ ਦੁਰਵਰਤੋਂ ਕਰਦੇ ਆ ਗੁਰਦੁਆਰਿਆਂ ਦੀ, ਇਹਨਾਂ ਨੂੰ ਤਾਂ ਹੀ ਇਹਨਾਂ ਦਾ ਇਹ ਹਾਲ ਹੋਣਾ ਔਰ ਅੱਗੇ ਇਹਨਾਂ ਦਾ ਹੋਰ ਮਾੜਾ ਹਾਲ ਹੋਣਾ ਜੋ ਇਹਨਾਂ ਨੇ ਹਾਲਾਤ ਕੀਤੇ ਨਾ ਇਹਨਾਂ ਨੇ, ਜੋ ਸਿੱਖ ਧਰਮ ਦੇ ਜਿਵੇਂ ਸੁਖਬੀਰ ਬਾਦਲ ਕੌਣ ਹੁੰਦਾ SGPC ਨੂੰ ਡਾਇਰੈਕਸ਼ਨ ਦੇਣ ਵਾਲਾ, ਸੁਖਬੀਰ ਬਾਦਲ ਕਿੱਡਾ ਸਿੱਖ ਆਪਣਾ ਵਿਦਵਾਨ ਹੈਗਾ ਵਾ, ਸੁਖਬੀਰ ਬਾਦਲ ਨੂੰ ਸਿੱਖਜ਼ਮ ਬਾਰੇ ਕੀ ਪਤਾ, ਸਿੱਖ ਹਿਸਟਰੀ ਬਾਰੇ ਕੀ ਪਤਾ, ਉਹ ਇਹਨਾਂ ਸਾਰੇ ਵਿਦਵਾਨਾਂ ਤੋਂ ਉੱਪਰ ਹੋ ਗਿਆ। SGPC ਇੱਕ ਇੰਡੀਪੈਂਡੈਂਟ ਔਰਗਨਾਈਜੇਸ਼ਨ ਹੋਣੀ ਚਾਹੀਦੀ ਸੀ, ਅਕਾਲੀ ਦਲ ਦੇ ਚੁੰਗਲ 'ਚੋਂ ਬਾਹਰ ਹੋਣੀ ਚਾਹੀਦੀ ਔਰ ਬਾਦਲਾਂ ਦੇ ਚੁੰਗਲ 'ਚੋਂ ਬਾਹਰ ਹੋਣੀ ਚਾਹੀਦੀ ਆ। ਅੱਜ ਇੱਕ ਤਾਂ ਹੀ ਤਾਂ ਇਹ ਹਾਲਾਤ ਆ, ਇਹਨਾਂ ਦੇ ਫੋਟੋਆਂ ਬੀਬੀ ਹਰਸਿਮਰਤ ਕੌਰ 4 ਟਰਾਲੀਆਂ ਚੱਕ ਕੇ ਆਪਣਾ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇਹਨਾਂ ਕੋਲ ਕਰੋੜਾਂ ਪੈਸੇ, ਇਹਨਾਂ ਤੋਂ ਲਓ CM ਰਿਲੀਫ ਫੰਡ ਵਿੱਚ ਪਾਓ ਪੈਸੇ, ਤਾਂ ਹੀ ਤਾਂ ਇਹਨਾਂ 'ਤੇ ਇਹ ਗੱਲ ਕਰਦਾ। ਔਰ ਮੈਂ ਮੁੰਡੇ ਨੂੰ ਵੀ ਤਾਂ ਹੀ ਕਿਹਾ, ਮੈਂ ਕਿਹਾ ਤੂੰ ਅਕਾਲੀ ਦਲ ਵਾਲਾ ਕੰਮ ਨਾ ਕਰ, ਵੀ ਅਗਰ ਤੂੰ ਕੰਮ ਕਰਨਾ ਚਾਹੁੰਦਾ ਤਾਂ ਆਪਾਂ ਵਧੀਆ ਕੰਮ ਕਰ ਔਰ ਉਹ ਕੰਮ ਕਰ ਜਿਹਦੇ ਨਾਲ ਅਕਾਲੀ ਦਲ ਵਰਗਾ ਡਰਾਮਾ ਨਾ ਕਰੀਏ। ਅਕਾਲੀ ਦਲ ਨਾਲ ਅੱਜ ਤਾਂ ਇਹਨਾਂ ਨੂੰ ਅੱਜ ਵੀ ਇਹਨਾਂ ਨੂੰ ਰਾਜਨੀਤੀ ਸੋਝ ਰਹੀ, ਅੱਜ ਵੀ ਆ ਵੀਡੀਓ ਨੂੰ, ਮੈਨੂੰ ਪਤਾ ਇਹਨਾਂ ਦਾ ਇੱਕ ਚੈਨਲ ਹੈਗਾ, ਅੱਜ ਵੀ ਉਹਦੇ 'ਤੇ ਉਹ ਚਲਾ ਰਹੇ ਇਸ ਡਰਾਮੇ ਨੂੰ। ਮਤਲਬ ਇਹਨਾਂ ਦਾ ਮਕਸਦ ਸਿਰਫ ਕਿਸੇ ਵੀ ਤਰੀਕੇ ਨਾਲ ਸਰਕਾਰ ਨੂੰ ਡਿਸਕ੍ਰੈਡਿਟ ਕਰਨਾ। ਸਰਕਾਰ ਅੱਜ ਕੋਈ ਗਰੀਬ ਬੰਦੇ ਸਾਡੇ ਨਾਲ ਕੋਈ ਮੁੰਡੇ ਵਿਚਾਰੇ ਕੰਮ ਕਰਦੇ, ਉਹਨਾਂ ਦੀਆਂ ਫੋਟੋਆਂ ਵਾਇਰਲ ਕਰ ਦਿੰਦੇ, ਮਤਲਬ ਵੀ ਹਾਂ ਦੇਖੋ ਜੀ ਆਹ ਕੀ ਕਰਦੇ ਪਏ ਆ, ਮਤਲਬ ਵੀ ਜੇ ਤਾਂ ਇਹਨਾਂ ਨਾਲ ਚੱਲ ਜਾਣ ਤਾਂ ਬੰਦੇ ਠੀਕ ਆ, ਜੇ ਇਹਨਾਂ ਸਾਡੇ ਨਾਲ ਆ ਜਾਣ ਤਾਂ ਬੰਦੇ ਮਾੜੇ ਹੋ ਜਾਂਦੇ। ਸੋ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਅਕਾਲੀ ਦਲ ਜਿਹੜੀ ਆ ਡਰਾਮਾ ਕਰ ਰਹੀ ਆ, ਅਕਾਲੀ ਦਲ ਆ ਜਿਵੇਂ ਤੁਸੀਂ ਉਹਨੇ ਦੱਸੀ ਟਰਾਲੀਆਂ ਕਿਸੇ ਦੀ ਫੋਟੋਆਂ ਆਪਣੀਆਂ ਖਿਚਾ ਦਿੰਦੇ, ਵੀ ਲੱਖਾਂ ਕਰੋੜਾਂ ਤੁਸੀਂ ਕਮਾ ਲਏ ਗੁਰਦੁਆਰਿਆਂ ਦੀ, ਗੁਰਦੁਆਰੇ ਸਾਹਿਬਾਂ ਤੋਂ ਇਹਨਾਂ ਨੂੰ ਛੁਟਕਾਰਾ ਪੈਣਾ, ਪੰਜਾਬ ਨੂੰ ਇਹਨਾਂ ਤੋਂ ਛੁਟਕਾਰਾ ਕਰਨਾ ਪੈਣਾ। ਅਕਾਲੀ ਦਲ ਪਾਰਟੀ ਮਾੜੀ ਨਹੀਂ ਹੈਗੀ, ਲੇਕਿਨ ਆ ਬਾਦਲੀਏ ਮਾੜੇ, ਜਦ ਤੱਕ ਇਹ ਬਾਦਲੀਏ ਇੱਥੇ ਹੈਗੇ ਆ ਉਦ ਤੱਕ ਬੇੜਾ ਗਰਗ ਰਹਿਣਾ ਸਿੱਖ ਧਰਮ SGPC ਦਾ, ਸਾਰਿਆਂ ਦਾ, ਕਿਉਂਕਿ ਸਿੱਖ ਲੀਡਰ ਵੀ ਬੜੇ ਜ਼ਰੂਰੀ ਹੈਗੇ ਆ। ਸਰਕਾਰਾਂ ਦੇ ਵਿੱਚ ਧਰਮ ਔਰ ਸਰਕਾਰ ਦਾ ਜ਼ਰੂਰ ਇੱਕ ਰਿਸ਼ਤਾ ਹੈਗਾ, ਲੇਕਿਨ ਇਹਨਾਂ ਨੇ ਜਿਹੜਾ ਨਾਸ ਮਾਰਤਾ, ਜਿਹੜਾ ਅਕਾਲੀ ਦਲ ਨੇ ਬੇੜਾ ਗਰਗ ਕੀਤਾ, ਉਹ ਇਸ ਕਰਕੇ ਕੀਤਾ ਅਕਾਲੀ ਦਲ ਨੇ, ਇੱਕ ਤਾਂ ਗੁਰਦੁਆਰਿਆਂ 'ਤੇ ਕਬਜ਼ੇ ਕੀਤੇ, ਉਹ ਤਾਂ ਕਹਿੰਦੇ ਤੁਸੀਂ ਬੋਲੋ ਨਾ 84 'ਚ ਤੁਸੀਂ ਕੀ ਕੀਤਾ, ਕਹਿੰਦੀ ਅਸੀਂ ਮਾੜਾ ਕੀਤਾ ਚੰਗਾ ਕੀਤਾ, ਇਹਦਾ ਮਤਲਬ ਤੁਸੀਂ ਵੀ ਕਰੋਗੇ, ਇਹਦਾ ਇਹ ਕੀ ਇਹਨਾਂ ਨੂੰ ਲਾਇਸੈਂਸ ਮਿਲ ਗਿਆ, ਇਹ ਤਾਂ ਉਹੀ ਗੱਲ ਹੋ ਗਈ। ਜੇ ਮੰਨ ਲਓ ਕਿਸੇ ਨੇ ਕੁਛ ਮਾੜਾ ਕੀਤਾ ਤਾਂ ਇਹਦਾ ਮਤਲਬ ਅਗਲੇ ਨੇ ਮਾੜਾ ਕੀਤਾ ਉਹ ਚੁੱਪ ਕਰ ਜੇ, ਅਸੀਂ ਆਪਣਾ ਕਿਰਦਾਰ ਸੁਧਾਰੀਏ, ਤੁਸੀਂ ਆਪਣਾ ਕਿਰਦਾਰ ਸੁਧਾਰੋ। ਲੇਕਿਨ ਆਹ ਜਿਹੜਾ ਮੁੱਦਾ ਵਾ, ਅਕਾਲੀ ਦਲ ਤੋਂ ਗੁਰਦੁਆਰਿਆਂ ਨੂੰ ਛੁਟਕਾਰਾ ਕਰਾਉਣਾ ਪੈਣਾ, ਇਹਨਾਂ ਦੇ SGPC ਨੂੰ ਚੁੰਗਲ 'ਚੋਂ ਬਾਹਰ ਕੱਢਣਾ ਪੈਣਾ, ਤਾਂ ਹੀ ਆਪਣੇ ਧਰਮ ਦਾ ਜੋ ਅੱਜ ਜੋ ਸਮੇਂ 'ਚ ਜਿਵੇਂ ਮੁੰਡੇ ਵਾਲ ਕਟਾ ਰਹੇ ਆ, ਮੈਂ ਖੁਦ ਵੇਖੋ ਤੁਸੀਂ, ਮੈਂ ਆਪ ਸੋਚਦਾ ਹੁੰਦਾ ਵੀ ਅਸੀਂ ਆਪ ਜਿਹੜੇ ਆਪਾਂ ਕਹੀਏ ਵੀ ਆਪਣਾ ਕੀ ਕਹਿੰਦੇ ਵੀ ਸਿੱਖ ਧਰਮ ਜਿਹੜਾ ਵੀ ਠੀਕ ਆ, ਧਰਮ ਦਾ ਨਾ ਤਾਂ ਧਰਮ ਨੂੰ ਕਦੀ ਖਤਰਾ ਹੋਣਾ ਅਤੇ ਨਾ ਧਰਮ ਇਹਨਾਂ ਦੇ ਕਰਕੇ ਬਚਣਾ। ਧਰਮ ਉਹ ਰੱਬ ਦਾ ਵਾ,
ਰੱਬ ਜਦ ਤੱਕ ਹੈਗਾ ਧਰਮ ਜਿੰਦਾ ਰਹਿਣਾ, ਲੇਕਿਨ ਇਹਨਾਂ ਤੋਂ ਧਰਮ ਨੂੰ ਖਤਰਾ, ਇਹਨਾਂ ਤੋਂ ਜਾਨ ਬਚਾਉਣੀ ਪੈਣੀ ਕਿਸੇ ਤਰ੍ਹਾਂ, ਇਹਨਾਂ ਦੀ ਜਿਹੜੀ ਇਹ ਗੰਦੀ ਰਾਜਨੀਤੀ ਹੈ ਬੰਦ ਕਰਨੀ ਪੈਣੀ ਆ। ਔਰ ਇਸੇ ਕਰਕੇ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ, ਆਪਾਂ ਮੁੱਦਾ ਤਾਂ ਉੱਧਰੋਂ ਸ਼ੁਰੂ ਹੋਏ ਸੀ ਲੇਕਿਨ ਮੁੱਦੇ ਆਪਾਂ ਬਹੁਤ ਹੋਰ ਪਾਸੇ ਲੈ ਗਏ, ਲੇਕਿਨ ਇਹ ਅਸਲੀਅਤ ਹੈਗੀ ਆ। ਔਰ ਇਹੀ ਆਪਣੀ ਕੋਸ਼ਿਸ਼ ਰਹਿਣੀ ਚਾਹੀਦੀ ਆ ਵੀ ਇਹਨਾਂ ਤੋਂ ਕਿਵੇਂ ਬਚਿਆ ਜਾਵੇ। ਇਹ ਐਡਾ ਵੱਡਾ ਖਤਰਾ ਵਾ ਨਾ ਅਕਾਲੀ ਦਲ ਸਿੱਖ ਧਰਮ ਨੂੰ, ਪੰਜਾਬ ਨੂੰ। ਔਰ ਇਸ ਕਿਉਂਕਿ ਇੱਕ ਉਹੀ ਇੱਕ ਚਾਰ ਪੰਜ ਆਪਣੇ ਟੱਬਰ ਦੋ ਹੀ ਐਮ ਪੀ ਬਣੇ, ਉਹ ਵੀ ਆਪਦੇ ਟੱਬਰ 'ਚੋਂ ਬਣਾਤੇ, ਬਾਕੀ ਸਾਰੀ ਸਾਰਾ ਅਕਾਲੀ ਦਲ ਖੂਹ ਖਾਤੇ। ਆਪਣਾ ਕੀ ਕਹਿੰਦੇ ਬਾਦਲ ਸਾਹਿਬ ਨੂੰ ਆਪਣਾ ਮੁੰਡਾ ਜਵਾਈ ਅਤੇ ਜਵਾਈ ਦਾ ਮੁੰਡੇ ਦਾ ਸਾਲਾ, ਉਸ ਤੋਂ ਬਾਅਦ ਇਹਨਾਂ ਨੂੰ ਇਹ ਨਹੀਂ ਵੇਖਦਾ। ਇਹਨਾਂ ਤੋਂ ਤਾਂ ਬਚੋ, ਇਹਨਾਂ ਤੋਂ ਬਚਾਓ। ਠੀਕ ਆ, ਸਾਡੇ ਅੰਦਰ ਵੀ 20 ਕਮੀਆਂ ਹੋ ਸਕਦੀਆਂ, ਲੇਕਿਨ ਬਤੌਰ ਮੈਂ ਸ਼ਾਇਦ ਅਸੀਂ ਵੀ ਕਾਂਗਰਸ 'ਚ ਇਹਨਾਂ ਨੂੰ ਵੇਖ ਵੇਖ ਕੇ ਹੀ ਸਾਡੇ ਅੰਦਰ ਹਿੰਮਤ ਆਉਂਦੀ ਆ ਵੀ ਇਹਨਾਂ ਤੋਂ ਬਚੀਏ ਕਿਸੇ ਤਰ੍ਹਾਂ। ਇਹਨਾਂ ਦਾ ਦਲਜੀਤ ਸਿੰਘ ਚੀਮਾ ਜੀ ਦੇ ਬਾਰੇ ਵੀ ਮੈਂ ਕਦੀ ਕਹਿੰਦਾ ਨਹੀਂ ਹੁੰਦਾ, ਲੇਕਿਨ ਮੈਂ ਕਈ ਵਾਰ ਇਹਨਾਂ ਨੂੰ ਵੀ ਇਹੀ ਕਹਿੰਦਾ ਹੁੰਦਾ ਵੀ ਤੁਸੀਂ ਵੀ ਪੜ੍ਹੇ ਲਿਖੇ ਵਧੀਆ ਹੋ, ਇਹਨਾਂ ਦੇ ਮਗਰ ਨਾ ਲੱਗੋ। ਤੁਸੀਂ ਇੱਕ ਚੰਗੇ ਆਪਣਾ ਕਹਿੰਦੇ ਤੁਹਾਡੀ ਸ਼ਖਸੀਅਤ ਆ, ਇਹਨਾਂ ਦੇ ਮਗਰ ਲੱਗ ਕੇ ਤੁਸੀਂ ਆਪਣਾ ਕਿਰਦਾਰ ਵੀ ਉਹੋ ਜਿਹਾ ਕਰ ਲੈਣਾ। ਤੁਸੀਂ ਤੁਹਾਨੂੰ ਇਹੋ ਜਿਹੀ ਚਿੱਠੀ ਲਿਖਾਤੀ ਇਹਨਾਂ ਨੇ ਜਿਹੜੀ ਤੁਸੀਂ ਸਾਰੀ ਉਮਰ ਕਦੀ ਭੁੱਲ ਨਹੀਂ ਸਕਦੇ, ਵੀ ਤੁਹਾਨੂੰ ਜਿਹੜੀ ਉਹ ਤੁਸੀਂ ਉਹ ਸੱਚੇ ਸੌਦ ਵਾਲੀ ਚਿੱਠੀ ਦਲਜੀਤ ਸਿੰਘ ਚੀਮਾ ਨੇ ਲਿਖੀ ਆ ਵੀ ਤੁਸੀਂ ਵੀ ਇਹਨਾਂ ਦੇ ਭਾਗੀਦਾਰ ਨਾ ਬਣੋ, ਘੱਟੋ ਘੱਟ ਤੁਸੀਂ ਉਹ ਇਸ ਚੀਜ਼ ਬਾਰੇ ਸੋਚੋ। ਠੀਕ ਹੈ, ਲਾਸਟ ਸਵਾਲ ਜਿਹੜਾ ਹੈਗਾ ਇਹ ਦੋ ਸ਼ਬਦਾਂ ਦੇ, ਦੋ ਸ਼ਬਦਾਂ 'ਚ ਮੈਨੂੰ ਜਵਾਬ ਦੇ ਦਿਓ ਵੀ ਕਿੰਨੇ ਕਿੰਨੇ ਪੈਸੇ ਜਿਹੜੇ ਹੈਗੇ ਰੂਪਨਗਰ ਦੇ ਲਈ ਅਲਾਓ? 100 ਕਰੋੜ ਰੁਪਏ ਤੋਂ ਉੱਪਰ ਦਾ ਨੁਕਸਾਨ ਹੋਇਆ, ਉਹਦੇ ਵਿੱਚ ਸਰਕਾਰੀ ਪ੍ਰੋਪਰਟੀ ਦਾ ਕਿੰਨਾ ਨੁਕਸਾਨ ਹੋਇਆ ਜਿਹਦੇ 'ਚ ਸੜਕਾਂ ਪੁਲੀਆਂ ਸਾਰਾ ਕੁਛ ਆ। ਸੋ ਤਕਰੀਬਨ ਸਰਕਾਰ ਤੋਂ 150 ਕਰੋੜ ਦੇ ਆਸ ਪਾਸ ਰੋਪੜ ਜ਼ਿਲ੍ਹਾ ਐਕਸਪੈਕਟ ਕਰ ਰਿਹਾ ਵੀ ਸਾਨੂੰ ਇੰਨਾ ਪੈਸਾ ਮਿਲੂਗਾ ਤਾਂ ਜਾ ਕੇ ਸਾਡਾ ਨੁਕਸਾਨ ਦੀ। ਔਰ ਉਸ ਤੋਂ ਬਾਅਦ ਸਪੈਸ਼ਲ ਗੁਰਦੁਆਰੀਆਂ ਜਿਹੜੀਆਂ ਹੋਣੀਆਂ, ਜਿਹੜਾ ਉਹ ਸਾਰਾ ਅਸੈਸਮੈਂਟ ਲੱਗਣੀ ਆ, ਉਹ ਸਾਰਾ ਉਦੋਂ ਤੱਕ ਬਾਅਦ ਹੀ ਫਿਰ ਅਸੀਂ ਇਹਨੂੰ ਸਹੀ ਫਿਗਰ ਤੁਹਾਨੂੰ ਦੇ ਸਕਾਂਗੇ। ਲੇਕਿਨ ਅੱਜ ਦੇ ਸਮੇਂ 'ਚ 100 ਕਰੋੜ ਤੋਂ ਉੱਪਰ ਦਾ ਨੁਕਸਾਨ ਹੈਗਾ। ਔਰ ਇਸ 'ਤੇ ਮਤਲਬ ਇਹ ਵਧਣਾ ਹੀ ਵਧਣਾ ਵਾ, ਇਹ 150-200 ਤੱਕ ਜਾਂਦਾ, ਕਿੱਥੇ ਤੱਕ ਜਾਂਦਾ ਉਹਦਾ ਪਤਾ ਚੱਲੂਗਾ। ਫਿਰ ਜਿੰਨਾ ਪੈਸਾ ਲੋਕ ਸਰਕਾਰ ਤੱਕ, ਸਰਕਾਰ ਸਾਨੂੰ ਦਊਗੀ, ਪੰਜਾਬ ਸਰਕਾਰ ਔਰ ਸੈਂਟਰ ਸਰਕਾਰ, ਅਸੀਂ ਬੜੇ ਧੰਨਵਾਦੀ ਹੋਵਾਂਗੇ। ਔਰ ਸਾਡੀ ਸਾਰੀਆਂ ਨੂੰ ਇਹੀ ਅਪੀਲ ਆ ਵੀ ਇਸ ਸਮੇਂ ਦੇ ਵਿੱਚ ਕੋਈ ਰਾਜਨੀਤੀ ਨਾ ਕਰੇ, ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਮਦਦ ਹੋਵੇ, ਇਹੀ ਸਾਡੀ ਸਾਰਿਆਂ ਤੋਂ ਅਪੀਲ ਆ ਔਰ ਇਹੀ ਸਾਡੀ ਕੋਸ਼ਿਸ਼ ਜੀ। ਇਹ ਸਨ ਵਰਿੰਦਰ ਢਿੱਲੋਂ, ਕਿਉਂਕਿ ਗੱਲ ਹੜ੍ਹਾਂ ਤੋਂ ਹੋਈ ਸੀ, ਉਹ ਗੱਲ ਵਾਇਰਲ ਵੀਡੀਓ ਤੋਂ ਸ਼ੁਰੂ ਹੋਈ ਸੀ, ਉਹਦਾ ਹੀ ਰਿਐਕਸ਼ਨ ਲੈਣ ਆਏ ਸੀ, ਪਰ ਗੱਲਾਂ ਦੇ ਵਿੱਚੋਂ ਕਹਿੰਦੇ ਜਦੋਂ ਗੱਲਾਂ ਨਿਕਲਦੀਆਂ ਏ ਤਾਂ ਫਿਰ ਜਿਹੜੀ ਮੁਲਾਕਾਤ ਉਹ ਵੀ ਵੱਧ ਜਾਂਦੀ ਹੈ। ਸੋ ਉਸੇ ਕਰਕੇ ਇਹ ਵੀ ਵੱਧ ਗਈ ਹੈ, ਮੈਨੂੰ ਲੱਗਦਾ ਤੁਹਾਨੂੰ ਜਿਹੜੇ ਹੈਗੇ ਜਵਾਬ ਜ਼ਰੂਰ ਮਿਲ ਗਏ ਹੋਣਗੇ। ਅਤੇ ਗੱਲ ਆਈ ਹੈ ਜੇਕਰ ਹੜ੍ਹ ਪੀੜਤਾਂ ਦੇ ਲਈ ਮੁਆਵਜ਼ੇ ਦੀ, ਤਾਂ 150 ਕਰੋੜ ਦਾ ਜਿਹੜਾ ਮੁਆਵਜ਼ਾ ਚਾਹੁੰਦਾ ਹੈ ਰੂਪਨਗਰ ਹਲਕਾ, ਔਰ ਲੋਕ ਕਿੰਨੇ ਕੁ ਜਿਹੜੇ ਇਸ ਤੋਂ ਰਾਹਤ ਮਹਿਸੂਸ ਕਰਦੇ ਆ ਇਸ ਮੁਆਵਜ਼ੇ ਤੋਂ, ਅਤੇ ਉਹ ਵੀ ਵੇਖਣ ਵਾਲੀ ਗੱਲ ਹੋਏਗੀ। ਅਤੇ ਦੇਖਣ ਵਾਲੀ ਗੱਲ ਇਹ ਵੀ ਰਹੇਗੀ ਕਿ 150 ਕਰੋੜ ਮਿਲਦਾ ਜਾਂ ਫਿਰ ਨਹੀਂ। ਧਰਮਿੰਦਰ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਰੂਪਨਗਰ।